नाशक। श्री हर गोविंद शुभ सुमत पर काशक। श्री हर राय नमो कर जो सतगुर परम कृपाला। श्री गुरु गोविंद सिंह बिसाला। तारों तारा पार पुन पुन सीसा जी पुन पुन सीसा बंदो बार बार जगदीसा। देश द्वाबे पुरुषियार रहयो जामनी डेरो डार। जह संध्या को बैठ्यो सोए सन्मुख बेसिया तहां खड़ोए। वाहे गुरु जी का खालसा वाहे गुरु जी की फतह। सतगुरां दी साजी नवाजी गुरु की संगत धन गुरु गोबिंद सिंह महाराज जी का आपां इतिहास सरवण कर रहे हाँ। सतगुरुआं दे एक सिख ने नाम है भाई जोगा जी। पिशावर दे रहन वाले ने बहुत ज़्यादा सेवा सतगुरां दे घर विच कर दे। जदों भाई जोगा जी जवान होए माता पिता लैन वास्ते आ गए, सतगुरु आ गया दे असी अपने बच्चे का आनंद कार्ज कर सकीए। सतगुरां ने भाई जोगे नू बुला के पुछया, कहन लगे भाई जोगिया तेरा की विचार है। भाई जोगा जी कहन लगे महाराज मेरा विचार ते तुहाडे नाल ही है, जे हुक्म करोगे ते जावांगा ब्याह करवावांगा, हुक्म करोगे ते तुहाडे कोल इत्थे रहांगा, मैं ते तुहाडे हुक्म दे अनुसारी हाँ। जदों ये बचन सुनिया महाराज ने कहन लगे जा फिर जाके ब्याह कार्ज करवाओ। भाई जोगा जी ब्याह कार्ज कराउण वास्ते बरात लैके सहुरे पिंड पहुँच गए। गुरु गोबिंद सिंह महाराज जिया ने एक सिख नू चिट्ठी दे के भेजिया, आख्या जदों भाई जोगा दो लावां लै लवे उदों ये साडी चिट्ठी हाथ विच फड़ा देनी। चिट्ठी विच महाराज ने लिखिया भाई जोगिया चिट्ठी पढ़दिया नाल ही तेरा पहला कदम आनंदपुर साहब दे वल होवे। भाई जोगा जी ने चिट्ठी पढ़ी है, महाराज का हुक्म मन के ਵਿਆਹ ਵਿੱਚ ਹੀ ਛੱਡ ਕੇ ਅਤੇ ਚੱਲ ਪਏ। ਚੱਲਦਿਆਂ ਚੱਲਦਿਆਂ ਹੁਸ਼ਿਆਰਪੁਰ ਪਹੁੰਚ ਗਏ। ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਦੇਸ਼ ਦੁਆਬੇ ਪੁਰ ਹੁਸ਼ਿਆਰ। ਸੋ ਕਹਿਣ ਲੱਗੇ ਭਾਈ ਜੋਗਾ ਜੀ ਬਿਆਸ ਦਰਿਆ ਤੋਂ ਪਾਰ ਹੋ ਗਏ ਨਾ, ਦੁਆਬੇ ਦਾ ਇਲਾਕਾ ਆ ਗਿਆ। ਉਸ ਇਲਾਕੇ ਵਿੱਚ ਪਹੁੰਚ ਕੇ ਹੁਸ਼ਿਆਰਪੁਰ ਨਾਮ ਦਾ ਇੱਕ ਸ਼ਹਿਰ ਹੈ,
ਜਿਹੜਾ ਅੱਜ ਜ਼ਿਲ੍ਹਾ ਹੈ ਹੁਸ਼ਿਆਰਪੁਰ ਉਸ ਸ਼ਹਿਰ ਵਿੱਚ ਪਹੁੰਚੇ ਹਨ। ਰਹਿਓ ਜਾਮਨੀ ਡੇਰੋ ਡਾਰ। ਭਾਈ ਜੋਗਾ ਜੀ ਨੇ ਵੇਖਿਆ ਵੀ ਰਾਤ ਪੈ ਗਈ ਹੈ, ਕਿਉਂ ਨਾ ਹੋਵੇ ਅੱਜ ਦੀ ਰਾਤ ਇਸ ਸ਼ਹਿਰ ਵਿੱਚ ਰਹਿ ਕੇ ਤੇ ਮੈਂ ਰਾਤ ਬਤੀਤ ਕਰ ਲੈਣਾ ਕਰਾਂ। ਜਹ ਸੰਧਿਆ ਕੋ ਬੈਠੇ ਹੋ ਸੋਏ। ਭਾਈ ਜੋਗਾ ਜੀ ਰਾਤ ਨੂੰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਕੇ ਇੱਕ ਧਰਮਸ਼ਾਲਾ ਮੁਸਾਫਰਖਾਨਾ ਜਿੱਥੇ ਮੁਸਾਫਰ ਆਰਾਮ ਕਰਦੇ ਸਨ ਉੱਥੇ ਆਰਾਮ ਕਰਨ ਵਾਸਤੇ ਬੈਠੇ ਹਨ। ਸਨਮੁਖ ਬੇਸਿਆ ਤਾਂ ਖੜੋਏ। ਤੇ ਜਦੋਂ ਭਾਈ ਜੋਗਾ ਜੀ ਨੇ ਉਸ ਸਰਾਂ ਦੀ ਖਿੜਕੀ ਖੋਲ੍ਹੀ ਨਾ ਸਾਹਮਣੇ ਵਾਲੀ, ਤੇ ਸਾਹਮਣੇ ਵੇਸਵਾ ਦਾ ਘਰ ਹੈ। ਇੱਕ ਵੇਸਵਾ ਰਹਿੰਦੀ ਹੈ ਹੁਸ਼ਿਆਰਪੁਰ ਦੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਸਾਹਮਣੇ ਉਸ ਦਾ ਘਰ ਹੈ। ਆਪਣੇ ਸਦਨ ਚੜ੍ਹੀ ਤਿੰਨ ਦੇਖੀ ਤੇ ਕਹਿਣ ਲੱਗੇ ਉਹ ਜਿਹੜੀ ਵੇਸਵਾ ਹੈ ਆਪਣਾ ਕੋਈ ਘਰ ਦਾ ਕੰਮ ਕਾਰ ਕਰਨ ਵਾਸਤੇ ਆਪਣੇ ਘਰ ਦੀ ਛੱਤ ਦੇ ਉੱਪਰ ਚੜ੍ਹੀ ਹੈ। ਮਦਨ ਬ੍ਰਿਤੀ ਔਰ ਬੜੀ ਵਿਸ਼ੇਖੀ। ਉਹ ਕਹਿਣ ਲੱਗੇ ਭਾਈ ਜੋਗਾ ਜੀ ਨੇ ਜਦੋਂ ਉਸ ਬੇਸਵਾ ਦੇ ਵੱਲ ਵੇਖਿਆ ਹੈ ਤੇ ਉਸ ਵੇਲੇ ਭਾਈ ਜੋਗਾ ਜੀਆਂ ਦੇ ਮਨ ਦੇ ਜਿਹੜੇ ਵਿਚਾਰ ਹਨ ਉਹ ਬਦਲ ਗਏ ਹਨ। ਉਸ ਬਰਸਨ ਕੀ ਤਨ ਰੂਰਾ। ਸੋ ਭਾਈ ਸੰਤੋਖ ਸਿੰਘ ਜੀ ਉਸਦੀ ਸੁੰਦਰਤਾ ਹੀ ਵਰਣਨ ਕਰਦੇ ਵੀ ਉਸਦਾ ਜੋ ਸਰੀਰਕ ਉਮਰਾ ਹੈ ਉਹ ਕੋਈ 16-20 ਸਾਲ ਦੇ ਲਾਗੇ ਹੈ। ਸੁੰਦਰ ਬਦਨ ਚੰਦ ਜਨ ਪੂਰਾ। ਅਤੇ ਇਸੇ ਤਰ੍ਹਾਂ ਉਹਦਾ ਤਨ ਜਿਹੜਾ ਹੈ ਉਹ ਸੁੰਦਰ ਹੈ ਜਿਸ ਤਰ੍ਹਾਂ ਚੰਦਰਮਾ ਦੀ ਰੋਸ਼ਨੀ ਹੈ। ਮ੍ਰਿਗ ਮ੍ਰਿਗ ਸੇ ਸ਼੍ਰਿਗ ਗਨ ਮਹਿ। ਸੋ ਕਹਿਣ ਲੱਗੇ ਜਿਹੜੇ ਨੇਤਰ ਨੇ ਉਹ ਕਹਿਣ ਲੱਗੇ ਹਿਰਨ ਵਰਗੇ ਸੁੰਦਰ ਹਨ। ਅਤੇ ਇਸੇ ਤਰ੍ਹਾਂ ਸੋ ਗਲ ਦੇ ਵਿੱਚ ਬੜੀ ਸੋਹਣੀ ਜਿਹੜੀ ਹੀਰਿਆਂ ਦੀ ਮਾਲਾ ਹੈ ਉਹ ਪਾਈ ਹੋਈ ਹੈ। ਅਤਰ ਲੱਗਿਓ ਬੋਲਤ ਮਨ ਮੋਹਤ। ਅਤੇ ਬੜੀਆਂ ਸੁਗੰਧੀਆਂ ਇਸ ਵੇਸਵਾ ਨੇ ਆਪਣੇ ਤਨ ਨੂੰ ਲਾਈਆਂ ਹੋਈਆਂ ਤੇ ਬੜਾ ਮਿੱਠਾ ਬੋਲਦੀ ਹੈ। ਬਿੰਨੀ ਸਰਪਨ ਸੀ ਸਟਕਾਰੀ। ਸੋ ਕਹਿਣ ਲੱਗੇ ਇਸ ਤਰ੍ਹਾਂ ਲੰਮੀ ਗੁੱਤ ਜਿਹੜੀ ਆਪਣੇ ਬਾਲਾਂ ਦੀ ਇਸ ਨੇ ਕੀਤੀ ਹੋਈ ਹੈ। ਚੰਪਨ ਬਰਨੀ ਚੰਚਲ ਪਿਆਰੀ। ਅਤੇ ਇਸੇ ਤਰ੍ਹਾਂ ਬੜੀ ਚੰਚਲ ਹੈ ਤੇ ਸੋਹਣੇ ਰੰਗ ਰੂਪ ਵਾਲੀ ਇਹ ਵੇਸਵਾ ਹੈ। ਕਹੋ ਲਗਾ ਲਗ ਸੁੰਦਰਤਾ। ਕਿੱਥੋਂ ਕੁ ਤੱਕ ਸੁੰਦਰਤਾਈ ਦਾ ਵਰਣਨ ਕਰਨਾ ਕਰੀਏ। ਸਿੰਘ ਪਿਖਤ ਮਨ ਰਹੇ ਲੁਭਾਈ। ਭਾਈ ਜੋਗਾ ਸਿੰਘ ਜੀ ਲੁਭਾਏ ਮਾਨ ਮਨ ਦੀ ਬਿਰਤੀ ਵਿਕਾਰੀ ਹੋ ਗਈ ਹੈ। ਗੁਰਮੁਖੋ ਜਿਹੜੇ ਕਵੀ ਲੋਕ ਨੇ ਨਾ ਕਵਿਤਾ ਲਿਖਣ ਵੇਲੇ ਕਵਿਤਾ ਦਾ ਇੱਕ ਸ਼ਿੰਗਾਰ ਬਣਾਉਂਦੇ ਨੇ। ਸ਼ਿੰਗਾਰ ਬਣਾਉਣ ਤੋਂ ਭਾਵ ਇਹ ਹੁੰਦਾ ਵੀ ਜਿਸ ਚੀਜ਼ ਦਾ ਵਰਣਨ ਕਰ ਰਹੇ ਨੇ ਨਾ ਹੂ ਬਹੂ ਉਸਨੂੰ ਸਾਹਮਣੇ ਬਣਾ ਕੇ ਵਿਖਾ ਦੇਣਾ। ਜੇ ਮੰਨ ਲਓ ਜੰਗ ਦੀ ਕਥਾ ਜਾਂ ਜੰਗ ਦੀ ਗੱਲ ਕਰਦੇ ਪਏ ਤੇ ਉਹਦੇ ਵਿੱਚ ਪੂਰੇ ਹਥਿਆਰਾਂ ਦਾ ਵਰਣਨ ਕਰਨਾ, ਬੰਦੂਕ ਕਿਵੇਂ ਚੱਲੀ ਹੈ, ਤੀਰ ਕਿਵੇਂ ਚੱਲਿਆ ਹੈ, ਜੰਗ ਦਾ ਵਰਣਨ ਤਾਂ ਹੋਵੇਗਾ। ਇਸੇ ਤਰ੍ਹਾਂ ਜੇ ਸੁੰਦਰਤਾਈ ਦਾ ਵਰਣਨ ਕਰਨਾ ਨਾ, ਕਿਸੇ ਦੀ ਸੁੰਦਰ ਸ਼ੋਭਾ ਦੱਸਣੀ ਹੈ ਤੇ ਉਹਦੇ ਫਿਰ ਸਰੀਰ ਦੇ ਅੰਗਾਂ ਬਾਰੇ ਦੱਸਣਾ ਪਵੇਗਾ ਵੀ ਉਹਦੇ ਅੰਗ ਕਿਸ ਤਰ੍ਹਾਂ ਦੇ ਨੇ, ਉਹਦੀ ਚਾਲ ਕਿਸ ਤਰ੍ਹਾਂ ਦੀ ਹੈ, ਬੋਲ ਚਾਲ ਕਿਸ ਤਰ੍ਹਾਂ ਦਾ, ਬਹਿਣੀ ਉੱਠਣੀ ਕਿਸ ਤਰ੍ਹਾਂ ਦੀ ਹੈ, ਦੱਸਣਾ ਪੈਂਦਾ ਕਵੀ ਲੋਕਾਂ ਨੂੰ ਕਵਿਤਾ ਦਾ ਸ਼ਿੰਗਾਰ ਬਣਾਉਣ ਵਾਸਤੇ, ਕਵਿਤਾ ਨੂੰ ਸੋਹਣਾ ਬਣਾਉਣ ਵਾਸਤੇ। ਤਾਂ ਇੱਥੇ ਭਾਈ ਸੰਤੋਖ ਸਿੰਘ ਜੀ ਉਸਦੀ ਸੁੰਦਰਤਾਈ ਦਾ ਵਰਣਨ ਕਰਦੇ ਹਨ। ਮਿਲੋ ਜਾਮਨੀ ਮਹਿ ਇਹ ਸੰਗ। ਜਦੋਂ ਭਾਈ ਜੋਗਾ ਜੀ ਨੇ ਵੇਖਿਆ ਨਾ ਉਸ ਵੇਸਵਾ ਨੂੰ ਬੜੀ ਸੁੰਦਰ ਹੈ ਤੇ ਭਾਈ ਜੋਗਾ ਜੀ ਦੇ ਮਨ ਵਿੱਚ ਵਿਚਾਰ ਇਹ ਆਈ ਵੀ ਅੱਜ ਦੀ ਰਾਤ ਮੈਂ ਇਹਦੇ ਚੁਬਾਰੇ ਵਿੱਚ ਬਤੀਤ ਕਰਾਂਗਾ। ਕਰੋ ਕੇਲ ਮਦ ਰਹਾਂ ਅਨੰਗ। ਅਤੇ ਜਿਹੜੀ ਮੇਰੇ ਮਨ ਦੇ ਵਿੱਚ ਬਿਰਤੀ ਹੈ ਨਾ, ਕਾਮ ਬਿਰਤੀ ਕਾਮ ਵਾਸ਼ਨਾ, ਇਹ ਮੈਂ ਆਪਣੀ ਪੂਰੀ ਕਰਾਂਗਾ ਇਸ ਦੇ ਚੁਬਾਰੇ ਵਿੱਚ, ਇਸ ਦੇ ਘਰ ਵਿੱਚ ਵੇਸਵਾ ਦੇ ਨਾਲ ਰਹਿ ਕੇ। ਰਾਤ ਬੀਤੀ ਇੱਕ ਜਾਮ। ਇਸ ਤਰ੍ਹਾਂ ਜਦੋਂ ਮਨ ਦਾ ਵਿਚਾਰ ਬਣਾ ਲਿਆ ਨਾ ਤੇ ਕਹਿਣ ਲੱਗੇ ਗੁਰਮੁਖੋ ਰਾਤ ਇੱਕ ਪਹਿਰ ਬਤੀਤ ਹੋ ਗਈ। ਮੰਨ ਲਓ ਵੀ ਰਾਤ ਦੇ 9 ਵੱਜ ਗਏ। ਭਾਈ ਜੋਗਾ ਜੀ ਦੀ ਵਿਚਾਰ ਬਣੀ ਹੈ ਵੀ ਅੱਜ ਰਾਤ ਮੈਂ ਇਹਦੇ ਚੁਬਾਰੇ ਵਿੱਚ ਹੀ ਰਹਾਂਗਾ, ਇਹਦੇ ਨਾਲ ਰਹਾਂਗਾ। ਤੇ ਇਸ ਤਰ੍ਹਾਂ ਸੋਚਦਿਆਂ ਕਰਦਿਆਂ ਇੱਕ ਪੈਰ ਰਾਤ ਬਤੀਤ 9 ਵਜੇ ਦਾ ਸਮਾਂ ਹੋਇਆ ਹੈ। ਨੇਠ ਤਨ ਪੀੜਤ ਕਾਮ। ਅਤੇ ਮਨ ਦੇ ਵਿੱਚ ਹੌਲੀ ਹੌਲੀ ਵਿਕਾਰ ਵੱਧਦੇ ਪਏ, ਵਿਕਾਰ ਭਾਵਨਾ ਕਾਮੀ ਬਿਰਤੀ ਵੱਧਦੀ ਪਈ ਹੈ, ਮਾੜੇ ਭੈੜੇ ਖਿਆਲ ਹੋਰ ਅੱਗੇ ਵੱਧਦੇ ਹਨ। ਭਇਓ ਤਿਆਰ ਲੈ ਧਨ ਕੋ ਚਲਿਓ। ਤੇ ਗੁਰਮੁਖੋ ਵਿਕਾਰਾਂ ਨੇ ਇੰਨਾ ਪ੍ਰਭਾਵ ਪਾ ਲਿਆ, ਹੁਣ ਮਨ ਵਿੱਚ ਸੋਚਿਆ ਵੀ ਇਹ ਵਿਕਾਰ ਭੋਗ ਹੀ ਲੈਣੇ ਚਾਹੀਦੇ, ਕੁਝ ਕੋਲ ਧਨ ਹੈ, ਮਾਇਆ ਦੀ ਥੈਲੀ ਕੋਲ ਹੈ, ਸੋਚਿਆ ਮੈਂ ਇੱਕ ਧਨਵਾਨ ਵਿਅਕਤੀ ਹਾਂ, ਮੇਰੇ ਕੋਲ ਮਾਇਆ ਹੈ, ਕਿਉਂ ਨਾ ਹੋਵੇ ਮਾਇਆ ਖਰਚ ਕੇ ਮੈਂ ਇਸ ਮਾਇਆ ਦੇ ਨਾਲ ਇਸ ਵੇਸਵਾ ਨੂੰ ਖਰੀਦ ਲਵਾਂ। ਇਸ ਤਰ੍ਹਾਂ ਮਨ ਵਿੱਚ ਸੋਚ ਕੇ ਉਹ ਧਨ ਦੀ ਥੈਲੀ ਨਾਲ ਲੈ ਕੇ ਚੱਲ ਪਿਆ ਵੀ ਇਹ ਤਾਂ ਇੱਕ ਤਨ ਵੇਚਣ ਵਾਲੀ ਔਰਤ ਹੈ, ਮਾਇਆ ਲਵੇਗੀ
ਅਤੇ ਆਪਣਾ ਇਸਨੇ ਤਨ ਵਿਚਨਾ ਹੈ, ਧਨ ਦੀ ਥੈਲੀ ਲੈ ਕੇ ਚੱਲ ਪਿਆ ਹੈ। ਚਿਤ ਚਾਹਤ ਅਤ ਤਹ ਸੋ ਮਿਲੇ, ਅਤੇ ਮਨ ਦੇ ਵਿੱਚ ਵਿਚਾਰ ਇਹ ਹੈ ਵੀ ਇਹ ਧਨ ਖਰਚ ਕੇ ਮੈਂ ਆਪਣੇ ਮਨ ਦੀ ਮਨਸ਼ਾ ਪੂਰੀ ਕਰਾਂਗਾ। ਸਿੱਖ ਕੀ ਦਸ਼ਾ ਗੁਰੂ ਤਬ ਜਾਣੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਰਾਜੇ ਤੇ ਮਹਾਰਾਜ ਨੇ ਸਿੱਖ ਦੇ ਮਨ ਦੀ ਦਸ਼ਾ ਜਾਣ ਲਈ ਵੀ ਸਾਡੇ ਸਿੱਖ ਦੇ ਮਨ ਵਿੱਚ ਕੀ ਹੈ, ਕਿਉਂਕਿ ਗੁਰੂ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ। ਸਤਿਗੁਰੂ ਸਭ ਕੁਝ ਜਾਣਦੇ ਪਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਭਾਈ ਜੋਗਾ ਜੀ ਦੀ ਮਨ ਦੀ ਜਿਹੜੀ ਗੱਲ ਉਸਨੂੰ ਜਾਣ ਲਿਆ ਹੈ। ਭਰਮਿਓ ਕਰੇ ਧਰਮ ਕੀ ਹਾਨੀ, ਸਤਿਗੁਰੂ ਸੋਚਣ ਲੱਗ ਪਿਆ ਵੀ ਸਾਡਾ ਸਿੱਖ ਭਰਮ ਗਿਆ ਹੈ, ਜੇ ਹੁਣ ਇਹਨੂੰ ਨਾ ਬਚਾਇਆ ਇਹ ਕੁਕਰਮ ਕਰੇਗਾ, ਵਿਕਾਰ ਭੋਗੇਗਾ ਤੇ ਧਰਮ ਇਹਨੇ ਨਾਸ਼ ਕਰ ਲੈਣਾ ਹੈ। ਵਿਕਾਰਾਂ ਨੂੰ ਭੋਗ ਕੇ ਸਿੱਖ ਧਰਮੀ ਨਹੀਂ ਰਹੇਗਾ, ਅਧਰਮੀ ਕੁਕਰਮੀ ਬਣ ਜਾਏਗਾ। ਇਸ ਤੋਂ ਪਹਿਲਾਂ ਕਿ ਇਹਦਾ ਧਰਮ ਨਾਸ਼ ਹੋਵੇ ਉਸ ਦੀ ਰੱਖਿਆ ਕਰਨੀ ਚਾਹੀਦੀ ਹੈ। ਅਬ ਹਮ ਨਾ ਬਚਾਵੇ ਜਾਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋਚਦੇ ਪਏ ਵੀ ਜੇ ਹੁਣ ਨਾ ਇਹਨੂੰ ਬਚਾਇਆ, ਜੇ ਅੱਜ ਦੀ ਰਾਤ ਇਹਨੂੰ ਨਾ ਬਚਾਇਆ, ਇਹਦੀ ਰੱਖਿਆ ਨਹੀਂ ਅਸੀਂ ਕਰਦੇ ਤੇ ਅਪਰ ਆਨ ਕੋ ਕਰੇ ਸਹਾਇ, ਸਤਿਗੁਰੂ ਸੋਚਦੇ ਵੀ ਸਾਡੇ ਬਿਨਾਂ ਫਿਰ ਇਹਦੀ ਸਹਾਇਤਾ ਕੌਣ ਕਰੇਗਾ। ਬੁਰੇ ਭਲੇ ਹਮ ਥਾਰੇ ਬਚਨ ਹੈ ਨਾ ਮਹਾਰਾਜ ਜੀਆਂ ਦਾ, ਪ੍ਰਭ ਡੋਰੀ ਹਾਥ ਤੁਮਾਰੇ, ਭਾਵੇਂ ਅਸੀਂ ਚੰਗੇ ਹਾਂ ਭਾਵੇਂ ਮਾੜੇ ਹਾਂ, ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਵਿਚਾਰਦੇ ਕਹਿ ਵੀ ਜੇ ਹੁਣ ਅਸੀਂ ਨਾ ਰੱਖਿਆ ਕੀਤੀ ਇਸ ਵੇਲੇ ਜਾ ਕੇ, ਫਿਰ ਭਾਈ ਜੋਗਾ ਜੀ ਦੀ ਰੱਖਿਆ ਕੌਣ ਕਰੇਗਾ, ਇਹ ਤੇ ਨਰਕਾਂ ਦੇ ਟੋਏ ਵਿੱਚ ਡਿੱਗ ਪਵੇਗਾ। ਕੁਕਰਮ ਕਰਨ ਤੋਂ ਇਸਨੇ ਹਟਣਾ ਨਹੀਂ ਹੈ। ਧਰਮ ਨਸੇ ਸਿੱਖੀ ਨਹਿ ਰਹੇ, ਜੇ ਅੱਜ ਇਹ ਸਿੱਖ ਵਿਸਵਾ ਦੇ ਚੁਬਾਰੇ ਚਲਾ ਗਿਆ ਕਾਮ ਵਾਲੀ ਵਿਕਾਰੀ ਬਿਰਤੀ ਲੈ ਕੇ, ਤੇ ਇਹਦਾ ਧਰਮ ਨਾਸ਼ ਹੋ ਜਾਣਾ ਹੈ, ਧਰਮ ਨਹੀਂ ਰਹਿਣਾ ਹੈ, ਧਰਮ ਤੋਂ ਡਿੱਗ ਪਵੇਗਾ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨੈ ਚਿਤ ਹਰਣੰ ਤ੍ਰੈ ਲੋ ਗਮਯੰ, ਜਪ ਤਪ ਸੀਲ ਬਦਾਰਨ। ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਬੰਦੇ ਨੇ ਜਿੰਨੇ ਮਰਜ਼ੀ ਜਪ ਕੀਤੇ ਹੋਣ, ਤਪ ਕੀਤੇ ਹੋਣ, ਤੀਰਥ ਯਾਤਰਾ ਕੀਤੀ ਹੋਵੇ, ਜਿੰਨੇ ਮਰਜ਼ੀ ਵਰਤ ਰੱਖੇ ਹੋਣ, ਜਿੰਨੇ ਮਰਜ਼ੀ ਦਾਨ ਕੀਤੇ ਹੋ, ਸਾਰੀ ਜ਼ਿੰਦਗੀ ਇਹ ਕੰਮ ਕੀਤਾ ਹੋਵੇ, ਪਰ ਜੇ ਮਨ ਦੇ ਵਿੱਚ ਵਿਕਾਰੀ ਭਾਵਨਾ ਦੇ ਨਾਲ ਕੋਈ ਕੁਕਰਮ ਕਰ ਲਿਆ ਨਾ ਜਾ ਕੇ, ਤਾਂ ਸਾਰੇ ਤੇਰੇ ਨਾਸ ਹੋ ਜਾਣਗੇ, ਸਾਰੇ ਸੜ ਜਾਣਗੇ, ਰਹੇਗਾ ਕੋਈ। ਗੁਰਮੁਖੋ ਜਪ ਕਰਦਿਆਂ ਬੜਾ ਟਾਈਮ ਲੱਗਦਾ, ਤਪ ਕਰਦਿਆਂ ਬੜਾ ਟਾਈਮ ਲੱਗਦਾ ਹੈ, ਬੜਾ ਸਰੀਰ 'ਤੇ ਕਸ਼ਟ ਸਹਿਣਾ ਪੈਂਦਾ ਹੈ, ਦਾਨ ਆਪਣੀ ਕਮਾਈ ਵਿੱਚੋਂ ਕਰਨਾ ਪੈਂਦਾ ਹੈ, ਵਰਤ ਰੱਖਣਾ, ਤੀਰਥ ਯਾਤਰਾ ਕਰਨੀ, ਕੰਮ ਸਾਰੇ ਹੀ ਔਖੇ ਨੇ, ਕਈ ਕਈ ਮਹੀਨੇ ਅਤੇ ਕਈ ਕਈ ਸਾਲ ਲੱਗ ਜਾਂਦੇ, ਪਰ ਵਿਕਾਰ ਭੁਗਣਾ ਨਿਮਖ ਕਾਮ ਸਵਾਦ ਕਾਰਨ ਕੂਟ ਦਿਵਸ ਦੁੱਖ ਪਾਵੇ। ਵਿਕਾਰ ਦਾ ਸਵਾਦ ਥੋੜ੍ਹੇ ਸਮੇਂ ਦਾ ਹੀ ਹੈ, ਪਰ ਉਹ ਥੋੜ੍ਹਾ ਸਮਾਂ ਤੇਰੇ ਕਿੰਨੇ ਲੰਮੇ ਸਮੇਂ ਤੋਂ ਕੀਤੇ ਜਪ ਤਪ ਨੂੰ ਨਾਸ ਕਰ ਦਿੰਦਾ ਹੈ। ਅਤੇ ਫਿਰ ਮਹਾਰਾਜ ਕਹਿਣ ਲੱਗੇ ਨਰਕ ਬਿਸਰਾਮੰਗ, ਤੇ ਨਰਕਾਂ ਵਿੱਚ ਵੀ ਲੈ ਕੇ ਜਾਵੇਗਾ, ਨਰਕਾਂ ਵਿੱਚ ਵੀ ਦੁੱਖ ਭੋਗਣਾ ਪਵੇਗਾ। ਹੁਣ ਸਤਿਗੁਰੂ ਜਾਣਦੇ ਪਏ ਵੀ ਸਾਡਾ ਸਿੱਖ ਹੈ, ਸਾਡੇ ਬਚਨਾਂ 'ਤੇ ਚੱਲਦਾ ਹੈ, ਪਰ ਸਿੱਖ ਦਾ ਅੱਜ ਮਨ ਬਦਲ ਗਿਆ, ਜੇ ਹੁਣ ਨਾ ਇਹਦੀ ਰੱਖਿਆ ਕੀਤੀ ਤਾਂ ਇਹਦੀ ਰੱਖਿਆ ਕਰੇਗਾ ਕੌਣ, ਇਹਨੂੰ ਕੌਣ ਬਚਾਏਗਾ ਸਾਡੇ ਬਿਨਾਂ, ਕਿਸੇ ਨੇ ਨਹੀਂ ਬਚਾਉਣਾ ਹੈ। ਸਿੱਖੀ ਬਿਨਾਂ ਨਰਕ ਘੁੱਲ ਹੈ, ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਸਿੱਖੀ ਤੋਂ ਪਤਿਤ ਹੋ ਗਿਆ ਤਾਂ ਸਿੱਧਾ ਨਰਕਾਂ ਵਿੱਚ ਡਿੱਗੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਬਚਨ ਮਹਾਰਾਜ ਜੀਆਂ ਦੇ, ਸਤਿਗੁਰੂ ਸਾਡੇ ਮਾਤਾ ਪਿਤਾ, ਪਰ ਕੋਈ ਵੀ ਮਾਤਾ ਪਿਤਾ ਇਹ ਨਹੀਂ ਚਾਹੁੰਦਾ ਵੀ ਮੇਰਾ ਪੁੱਤਰ ਕੋਈ ਮਾੜਾ ਐਬ ਲੈ ਆਵੇ, ਕੋਈ ਮਾੜੇ ਪਾਸੇ ਚੱਲ ਪਵੇ, ਹਰੇਕ ਹੀ ਚਾਹੁੰਦਾ ਕਿ ਮੇਰੇ ਪੁੱਤਰ ਦੀ ਚੜ੍ਹਦੀ ਕਲਾ ਹੋਵੇ। ਹੁਣ ਸਤਿਗੁਰੂ ਵੀ ਤਾਂ ਨਹੀਂ ਨਾ ਚਾਹੁੰਦੇ ਵੀ ਸਾਡਾ ਸਿੱਖ ਕਿਤੇ ਮਾੜੇ ਕਰਮ ਵਿੱਚ ਪੈ ਜਾਵੇ। ਸਤਿਗੁਰੂ ਸੋਚਦੇ ਪਏ ਜੇ ਅੱਜ ਨਾ ਰੱਖਿਆ ਕੀਤੀ ਸਿੱਖ ਦੀ, ਇਹਦੇ ਕੋਲ ਸਿੱਖੀ ਨਹੀਂ ਰਹਿਣੀ, ਇਹਨੇ ਕੁਕਰਮੀ ਹੋ ਜਾਣਾ, ਨਰਕਾਂ ਦੇ ਟੋਏ ਵਿੱਚ ਇਸਨੇ ਡਿੱਗ ਪੈਣਾ ਹੈ। ਚੱਕ ਜਬ ਵਿਕਾਰ ਕੋ ਹੋਏ, ਸੋ ਕਹਿਣ ਲੱਗੇ ਸਿੱਖ ਦੇ ਮਨ ਵਿੱਚ ਅਚਾਨਕ ਹੀ ਵਿਕਾਰ ਦੀ ਭਾਵਨਾ ਆ ਗਈ ਹੈ। ਇਹ ਵਿਕਾਰ ਜਿਹੜੇ ਕਾਮ ਕਰੋ ਉਹਦੇ ਅਚਾਨਕ ਹੀ ਆ ਜਾਂਦੇ, ਹਮਲਾ ਕਰ ਦਿੰਦੇ, ਦਬਾਅ ਪਾ ਦਿੰਦੇ ਹਨ। ਉਚਿਤ ਬਚਾਵਨ ਗੁਰ ਕੋ ਸੋਏ, ਤੇ ਫਿਰ ਗੁਰੂ ਨੂੰ ਸਿੱਖ ਨੂੰ ਬਚਾਉਣਾ ਯੋਗ ਹੈ। ਗੁਰੂ ਉਸੇ ਵੇਲੇ ਸਿੱਖ ਨੂੰ ਬਚਾਵੇ ਜਦੋਂ ਸਿੱਖ ਦੇ ਮਨ ਵਿੱਚ ਐਸੀ ਭਾਵਨਾ ਆ ਜਾਵੇ। ਸਤਿਗੁਰੂ ਬਚਨ ਕਰਦੇ ਪਏ ਆਪਣੇ ਆਪ ਦੇ ਨਾਲ ਵੀ ਸਾਡਾ ਸਿੱਖ ਹੁਸ਼ਿਆਰਪੁਰ ਪਹੁੰਚਿਆ ਹੋਇਆ,
ਵੇਸਵਾ ਦਾ ਘਰ ਵੇਖ ਕੇ ਮਨ ਬੇਈਮਾਨ ਹੋ ਗਿਆ ਹੈ, ਜੇ ਅੱਜ ਸਿੱਖ ਨੂੰ ਨਾ ਬਚਾਇਆ ਇਹਦੇ ਕੋਲ ਸਿੱਖੀ ਨਹੀਂ ਰਹੇਗੀ, ਨਰਕਾਂ ਵਿੱਚ ਤੁਰ ਜਾਏਗਾ। ਇਸ ਕਰਕੇ ਜੇ ਸਿੱਖ ਦੇ ਮਨ ਵਿੱਚ ਅਚਾਨਕ ਵਿਕਾਰ ਆ ਜਾਵੇ ਤਾਂ ਗੁਰੂ ਨੂੰ ਫਿਰ ਉਸੇ ਵੇਲੇ ਬਚਾ ਲੈਣਾ ਚਾਹੀਦਾ ਹੈ, ਇਹ ਸਤਿਗੁਰੂ ਮਨ ਵਿੱਚ ਸੋਚਦੇ ਹਨ। ਹਿਮ ਵਿਚਾਰ ਕਰ ਸ਼੍ਰੀ ਜਗਨਨਾਥ। ਗੁਰਮੁਖੋ, ਇਸ ਤਰ੍ਹਾਂ ਮਹਾਰਾਜ ਨੇ ਜਦੋਂ ਵਿਚਾਰ ਕੀਤੀ ਨਾ ਆਪਣੇ ਮਨ ਦੇ ਵਿੱਚ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕੰਚਨ ਆਸਾ ਗਹਿ ਕਰ ਹੱਥ, ਸਤਿਗੁਰਾਂ ਨੇ ਫਿਰ ਹੱਥ ਵਿੱਚ ਸੋਨੇ ਦਾ ਇੱਕ ਸੋਟਾ ਫੜ ਲਿਆ, ਜਿਹਨੂੰ ਆਪਾਂ ਲੱਠ ਕਹਿੰਦੇ ਹਾਂ, ਡੰਡਾ, ਜਾਂ ਜਿਹਨੂੰ ਚੋਬ ਕਿਹਾ ਜਾਂਦਾ ਹੈ। ਮਹਾਰਾਜ ਜੀ ਇੱਕ ਸੋਨੇ ਦਾ ਡੰਡਾ ਫੜ ਕੇ ਨਾ ਲੱਠ ਆਪਣੇ ਹੱਥ ਵਿੱਚ, ਫਿਰ ਉਸ ਵੇਲੇ ਜਾਮਾ ਬਹੁ ਪਾਲਣ ਕੋ ਪਾਏ, ਬੜੇ ਪੱਲਿਆਂ ਦਾ, ਬੜੀਆਂ ਕਲੀਆਂ ਦਾ ਖੁੱਲ੍ਹਾ ਜਾਮਾ, ਖੁੱਲ੍ਹਾ ਚੋਲਾ ਮਹਾਰਾਜ ਨੇ ਗਲ ਵਿੱਚ ਪਾਇਆ, ਜਿਸ ਚੋਲੇ ਦੀਆਂ ਬਹੁਤ ਜ਼ਿਆਦੀਆਂ ਕਲੀਆਂ ਨੇ, ਬਹੁਤੀਆਂ ਕਲੀਆਂ ਵਾਲਾ ਚੋਲਾ ਸਤਿਗੁਰੂ ਜੀ ਆਪਣੇ ਗਲ ਦੇ ਵਿੱਚ ਪਹਿਨ ਕੇ, ਹੱਥ ਵਿੱਚ ਸੋਨੇ ਦਾ ਸੋਟਾ ਫੜ ਕੇ, ਬੇਸਵਾ ਦੁਆਰ ਖੜੋਏ ਜਾਏ, ਸਤਿਗੁਰੂ ਜੀ ਜਾ ਕੇ ਆਪਣੇ ਸਿੱਖ ਨੂੰ ਬਚਾਉਣ ਵਾਸਤੇ ਗੁਰਮੁਖੋ ਬੇਸਵਾ ਦੇ ਦਰਵਾਜ਼ੇ 'ਤੇ ਜਾ ਖਲੋਤੇ। ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ, ਭਾਗੀ ਐਸਾ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ ਹੈ, ਜਿਹੜਾ ਆਪਣੇ ਸਿੱਖ ਦੀ ਰੱਖਿਆ ਕਰਨ ਵਾਸਤੇ ਸਿੱਖ ਨੂੰ ਵੇਸਵਾ ਦੇ ਦਰਵਾਜ਼ੇ 'ਤੇ ਜਾਣਾ ਮਨਾ ਹੈ, ਪਰ ਗੁਰੂ ਕਿਹਾ ਸਿੱਖਾ ਤੇਰਾ ਗੁਰੂ ਤੇਰੇ ਵਾਸਤੇ ਵੇਸਵਾ ਦੇ ਦਰਵਾਜ਼ੇ 'ਤੇ ਵੀ ਜਾ ਕੇ ਖੜ ਗਿਆ ਹੈ, ਮੈਂ ਆਪਣੇ ਸਿੱਖ ਨੂੰ ਨਰਕਾਂ ਦੇ ਅੰਦਰ ਨਹੀਂ ਜਾਣ ਦੇਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜਾ ਕੇ ਉਸ ਪਹਿਰੇ 'ਤੇ ਖਲੋਤੇ ਹਨ। ਜੋਗਾ ਸਿੰਘ ਦੇਖ ਹਟ ਰਹੇ, ਕਹਿਣ ਲੱਗੇ ਭਾਈ ਜੋਗਾ ਸਿੰਘ ਉਸ ਵੇਲੇ ਜਦੋਂ ਪੌੜੀਆਂ ਚੜ੍ਹੇ ਨਾ ਚੁਬਾਰੇ ਦੀਆਂ, ਅਤੇ ਅੱਗੇ ਵੇਖਿਆ ਵੀ ਇੱਕ ਪਹਿਰੇਦਾਰ ਖਲੋਤਾ, ਵੇਖ ਕੇ ਭਾਈ ਜੋਗਾ ਸਿੰਘ ਜੀ ਉੱਥੋਂ ਹਟ ਪਏ ਹਨ। ਨਿਰਭਉ ਚੋਬਦਾਰ ਉਰ ਲਹੇ, ਭਾਈ ਜੋਗਾ ਜੀ ਨੇ ਵੇਖਿਆ ਵੀ ਇਹ ਕਿਸੇ ਰਾਜੇ ਦਾ ਸੰਤਰੀ ਹੈ, ਕੋਈ ਰਾਜੇ ਦਾ ਕੋਈ ਵਜ਼ੀਰ ਹੈ, ਬੇਸਵਾ ਦੇ ਕੋਲ ਅੰਦਰ ਕੋਈ ਰਾਜਾ ਗਿਆ ਹੋਵੇਗਾ, ਇਹ ਰਾਜੇ ਦਾ ਵਜ਼ੀਰ ਬਾਹਰ ਪਹਿਰੇ 'ਤੇ ਖਲੋਤਾ। ਭਾਈ ਜੋਗਾ ਜੀ ਦੇ ਮਨ ਵਿੱਚ ਇਹ ਗੱਲ ਆ ਗਈ ਹੈ, ਇਸਕੋ ਸਵਾਮੀ ਅੰਤਰ ਹੋਏ, ਇਹਦਾ ਸਵਾਮੀ ਮਾਲਕ ਇਸ ਵਜ਼ੀਰ ਦਾ ਜਿਹੜਾ ਬਾਹਰ ਖਲੋਤਾ ਹੋਇਆ ਭਾਈ ਜੋਗਾ ਜੀ ਨੂੰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਜ਼ੀਰ ਲੱਗਦੇ ਪਏ, ਵੀ ਇੰਨੇ ਸੋਹਣੇ ਵਸਤਰ ਪਾਏ ਨੇ, ਸੋਨੇ ਦਾ ਡੰਡਾ ਹੱਥ ਵਿੱਚ ਫੜਿਆ, ਇਹਦਾ ਮਾਲਕ ਅੰਦਰ ਗਿਆ ਹੋਵੇਗਾ, ਇਹ ਬਾਹਰ ਪਹਿਰੇ 'ਤੇ ਖਲੋਤਾ ਹੈ, ਇਸ ਤਰ੍ਹਾਂ ਮਨ ਵਿੱਚ ਸੋਚਦੇ ਹਨ। ਮੋਹ ਸੰਗ ਮਿਲੇ ਨਹੀਂ ਕਿਮ ਸੋਏ, ਅਤੇ ਫਿਰ ਮੇਰੇ ਨਾਲ ਜਿਹੜਾ ਹੈ ਕੋਈ ਮਿਲਾਪ ਨਹੀਂ ਹੋਣਾ ਹੈ, ਚਲਿਓ ਜਾਏ ਜਬ ਇਹ ਨਿੱਜ ਡੇਰੇ। ਭਾਈ ਜੋਗਾ ਜੀ ਸੋਚਦੇ ਪਏ ਵੀ ਹੁਣ ਮੈਨੂੰ ਵਾਪਸ ਮੁੜ ਜਾਣਾ ਚਾਹੀਦਾ, ਰਾਜਾ ਕਿੰਨਾ ਕੁ ਸਮਾਂ ਅੰਦਰ ਰਹੇਗਾ, ਇੱਕ ਘੰਟਾ, ਦੋ ਘੰਟੇ, ਕਦੇ 'ਤੇ ਜਾਵੇਗਾ, ਜਦੋਂ ਰਾਜਾ ਚੁਬਾਰੇ ਵਿੱਚੋਂ ਬਾਹਰ ਆ ਜਾਏਗਾ, ਵੇਸਵਾ ਕੋਲੋਂ ਬਾਹਰ ਚਲੇ ਜਾਏਗਾ, ਮਿਲੋਂ ਆਏ ਬੇਸਵਾ ਸੋਂ ਫੇਰੇ, ਅਤੇ ਫਿਰ ਮੈਂ ਉਸ ਵੇਲੇ ਵੇਸਵਾ ਨੂੰ ਮਿਲ ਪਵਾਂਗਾ, ਇਹ ਮਨ ਦੀ ਵਿਚਾਰ ਹੈ। ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਵੇਸਵਾ ਦੇ ਦਰਵਾਜ਼ੇ 'ਤੇ ਜਾ ਕੇ ਪਹਿਰੇਦਾਰ ਬਣੇ ਨਾ, ਅਤੇ ਸਤਿਗੁਰੂ ਆਪਣਾ ਪੰਜ ਭੌਤਿਕ ਸਰੀਰ ਲੈ ਕੇ ਨਹੀਂ ਸਨ ਗਏ, ਪੰਜ ਭੌਤਿਕ ਸਰੀਰ ਜਿਹੜਾ ਆਪਾਂ ਨੂੰ ਦਿਸਦਾ ਪਿਆ ਨਾ, ਜਿਵੇਂ ਆਪਣੇ ਸਰੀਰ ਨੇ ਪੰਜ ਭੌਤਿਕ ਨੇ, ਮਹਾਰਾਜ ਆਪਣਾ ਅਸਲੀ ਸਰੀਰ ਲੈ ਕੇ ਨਹੀਂ ਸਨ ਉੱਥੇ ਗਏ, ਸਤਿਗੁਰੂ ਜੀ ਆਪਣੀ ਆਤਮਿਕ ਸ਼ਕਤੀ ਨਾਲ ਉੱਥੇ ਜਾ ਕੇ ਖਲੋਤੇ ਸਨ, ਕੇਵਲ ਉਹ ਸਰੀਰ ਭਾਈ ਜੋਗਾ ਸਿੰਘ ਨੂੰ ਦਿਸਦਾ ਸੀ ਵੀ ਸਾਹਮਣੇ ਪਹਿਰੇਦਾਰ ਖਲੋਤਾ, ਭਾਈ ਜੋਗਾ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਦਿਸਦਾ ਪਿਆ, ਕਿਉਂਕਿ ਸਤਿਗੁਰੂ ਵਿਖਾਉਣਾ ਹੀ ਭਾਈ ਜੋਗਾ ਜੀ ਨੂੰ ਚਾਹੁੰਦੇ ਨੇ ਵੀ ਇਹਨੂੰ ਪਤਾ ਲੱਗੇ ਵੀ ਅਸੀਂ ਅੱਗੇ ਖਲੋਤਿਆਂ, ਹੋਰ ਜਿਹੜਾ ਮਰਜ਼ੀ ਆਈ ਜਾਵੇ ਜਾਈ ਜਾਵੇ, ਸਤਿਗੁਰਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮਹਾਰਾਜ ਤੇ ਆਪਣੇ ਸਿੱਖ ਨੂੰ ਬਚਾਉਣ ਵਾਸਤੇ ਆਪਣੀ ਆਤਮਿਕ ਸ਼ਕਤੀ ਦੇ ਨਾਲ, ਆਤਮਿਕ ਕਲਾ ਦੇ ਨਾਲ ਕੇਵਲ ਸਰੀਰ ਲੈ ਕੇ ਗਏ ਨੇ, ਜਿਹੜਾ ਭਾਈ ਜੋਗਾ ਜੀ ਨੂੰ ਦਿਸਦਾ ਪਿਆ ਵੀ ਸਾਹਮਣੇ ਪਹਿਰੇਦਾਰ ਖਲੋਤਾ ਹੈ, ਹੋਰ ਨਹੀਂ ਕਿਸੇ ਨੂੰ। ਉਹਦਾ ਕਾਰਨ ਇਹ ਹੈ ਵੀ ਮਹਾਰਾਜ ਪੰਜ ਭੌਤਿਕ ਸਰੀਰ ਲੈ ਕੇ ਨਹੀਂ ਗਏ। ਆਪਾਂ ਕਈ ਵਾਰੀ ਇਹ ਕਥਾ ਸੁਣੀ ਹੈ, ਬਚਨ ਸੁਣਿਆ ਹੋਵੇਗਾ, ਇਤਿਹਾਸ ਵਿੱਚ ਸਾਨੂੰ ਇਹ ਬਚਨ ਸੁਣਾਇਆ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਰੇਦਾਰ ਬਣੇ, ਪਹਿਰੇਦਾਰ ਜ਼ਰੂਰ ਬਣੇ ਪਰ ਆਪਣਾ ਅਸਲੀ ਸਰੂਪ ਲੈ ਕੇ ਨਹੀਂ ਗਏ, ਆਪਣਾ ਅਸਲੀ ਸਰੀਰ ਲੈ ਕੇ ਨਹੀਂ ਗਏ ਮਹਾਰਾਜ ਜੀ, ਆਪਣਾ ਆਤਮਿਕ ਸਰੂਪ ਲੈ ਕੇ ਗਏ, ਆਪਣੀ ਸ਼ਕਤੀ ਨਾਲ ਉੱਥੇ ਪਹੁੰਚੇ, ਕੇਵਲ ਸਰੀਰ ਵਿਖਾਇਆ ਭਾਈ ਜੋਗਾ ਜੀ ਨੂੰ ਪਰ ਅਸਲ ਵਿੱਚ ਹੈ ਨਹੀਂ, ਵਿਖਾਇਆ ਹੈ ਕਿਉਂਕਿ ਉਹ ਸ਼ਕਤੀ ਹੈ ਮਹਾਰਾਜ ਜੀ ਦੀ ਸ਼ਕਤੀ ਨਾਲ, ਉਹ ਮਹਾਰਾਜ ਨੇ ਸਰੂਪ ਇੱਕ ਪਹਿਰੇਦਾਰ ਦਾ, ਇੱਕ ਵਜ਼ੀਰ ਦਾ ਬਣਾ ਕੇ ਉੱਥੇ ਖੜ੍ਹਾ ਕਰ ਲਿਆ, ਪਰ ਅਸਲ ਵਿੱਚ ਆਪਣਾ ਪੂਰਾ ਸਰੀਰ ਨਹੀਂ ਹੈ ਮਹਾਰਾਜ ਜੀ, ਅਤੇ ਉਹ ਸਰੀਰ ਕੇਵਲ ਜੋਗਾ ਸਿੰਘ ਨੂੰ ਹੀ ਦਿਸਦਾ, ਜੋਗਾ ਸਿੰਘ ਦੇ ਬਿਨਾਂ ਨਹੀਂ ਕਿਸੇ ਨੂੰ ਦਿਸਦਾ ਪਿਆ,
ਇਸ ਤਰ੍ਹਾਂ ਮਹਾਰਾਜ ਕਲਾ ਵਰਤਾਉਂਦੇ ਹਨ। ਇਮ ਵਿਚਾਰ ਨਿਜ ਹੈ ਕੇ ਪਾਸ, ਤੇ ਭਾਈ ਜੋਗਾ ਜੀ ਨੇ ਸੋਚਿਆ ਵੀ ਇਹ ਵਜ਼ੀਰ ਅੱਗੇ ਖਲੋਤਾ ਡੰਡਾ ਲੈ ਕੇ, ਜੇ ਮੈਂ ਅੱਗੇ ਗਿਆ ਤੇ ਡੰਡਾ ਮਾਰੇਗਾ ਮੇਰੇ। ਵਾਪਸ ਮੁੜਿਆ ਜਿੱਥੇ ਭਾਈ ਜੋਗਾ ਜੀ ਨੇ ਆਪਣਾ ਘੋੜਾ ਬੱਧਾ ਨਾ, ਘੋੜੇ ਕੋਲ ਆ ਗਿਆ। ਕੋਈ ਗੱਲ ਨਹੀਂ, ਰਾਜਾ ਕਿੰਨਾ ਸਮਾਂ ਅੰਦਰ ਰਹੇਗਾ, 2-4 ਘੰਟੇ ਰਹੇਗਾ ਤੇ ਫਿਰ ਤੇ ਚਲੇ ਹੀ ਜਾਵੇਗਾ। ਇਹ ਵਿਚਾਰ ਕਰਕੇ ਆਪਣੇ ਘੋੜੇ ਕੋਲ ਆ ਗਿਆ ਹੈ। ਸੋ ਕਹਿਣ ਲੱਗੇ ਵੀ ਰੁਕਿਆ ਹੋਇਆ ਇਸ ਵਾਸਤੇ ਹੈ ਵੀ ਕੋਈ ਗੱਲ ਨਹੀਂ, ਹੁਣ ਨਹੀਂ ਮੌਕਾ ਮਿਲਿਆ ਤੇ ਅੱਧੀ ਰਾਤ ਨੂੰ ਮੌਕਾ ਮਿਲ ਜਾਏਗਾ। ਇਹ ਆਸ ਲਾ ਕੇ ਤੇ ਆਪਣੇ ਘੋੜੇ ਕੋਲ ਆ ਗਿਆ ਹੈ। ਪੀੜਤ ਮਦਨ ਨਾ ਨਿੰਦਰਾ ਆਵੇ। ਪਰ ਗੁਰਮੁਖੋ, ਜਦੋਂ ਬੰਦੇ ਦੀ ਬਿਰਤੀ ਵਿਕਾਰੀ ਬਣ ਜਾਵੇ ਨਾ, ਬਿਰਤੀ ਵਿੱਚ ਵਿਕਾਰ ਆ ਜਾਵੇ, ਮਾੜੀ ਭਾਵਨਾ ਆ ਜਾਵੇ, ਫਿਰ ਨਿੰਦਰਾ ਵੀ ਨਹੀਂ ਆਉਂਦੀ ਹੈ, ਨਾ ਫਿਰ ਨੀਂਦ ਆਉਂਦੀ ਹੈ, ਨਾ ਚੈਨ ਆਉਂਦਾ, ਨਾ ਕਿਤੇ ਟਿਕਾਅ ਆਉਂਦਾ। ਭਾਈ ਜੋਗਾ ਜੀ ਨੂੰ ਇਸ ਵੇਲੇ ਕੋਈ ਨੀਂਦ ਵੀ ਨਹੀਂ ਆਉਂਦੀ ਹੈ। ਪ੍ਰਿਆ ਮਿਲਨ ਸੰਕਲਪ ਉਠਾਵੇ, ਕਿਉਂਕਿ ਮਨ ਦੇ ਵਿੱਚ ਵਿਕਾਰ ਦੀ ਬਿਰਤੀ ਹੋਣ ਕਰਕੇ ਬੜੇ ਬੜੇ ਸੰਕਲਪ ਉੱਠਦੇ ਪਏ, ਬੜੇ ਬੜੇ ਵਿਚਾਰ ਉੱਠਦੇ ਪਏ ਵਿਕਾਰ ਨੂੰ ਭੋਗਣ ਵਾਸਤੇ। ਬੀਤੇ ਜਾਮ ਬਹੁਰ ਚਲ ਗਏ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ 2 ਪਹਿਰ ਬਤੀਤ ਹੋ ਗਏ। ਮੰਨ ਲਓ ਕਿ ਰਾਤ ਦੇ 12 ਵੱਜ ਗਏ, 2 ਪਹਿਰ ਬਤੀਤ ਹੋ ਗਏ, ਰਾਤ ਦੇ 12 ਵੱਜ ਗਏ। ਭਾਈ ਜੋਗਾ ਜੀ ਨੇ ਸੋਚਿਆ ਵੀ ਹੁਣ ਤੇ ਉਹ ਪਹਿਰੇਦਾਰ ਚਲਾ ਹੀ ਗਿਆ ਹੋਵੇਗਾ, ਰਾਜਾ ਵੀ ਚਲੇ ਗਿਆ ਹੋਵੇਗਾ, ਹੁਣ ਮੈਨੂੰ ਦੁਬਾਰਾ ਜਾਣਾ ਚਾਹੀਦਾ ਹੈ। ਜੋਬਦਾਰ ਸੋ ਹੀਰਤ ਭਇਓ, ਤੇ ਜਦੋਂ ਦੁਬਾਰਾ ਗਏ ਨਾ ਫਿਰ, ਤੇ ਕੀ ਵੇਖਦੇ ਪਏ, ਉਹ ਪਹਿਰੇਦਾਰ ਫਿਰ ਉੱਥੇ ਹੀ ਖਲੋਤਾ ਡੰਡਾ ਲੈ ਗਏ। ਵੇਖਦਾ ਬੜਾ ਕੌੜਾ ਕੌੜਾ, ਜਦੋਂ ਭਾਈ ਜੋਗਾ ਜਾਂਦਾ ਉਹਦੇ ਕੋਲ, ਬੜੇ ਗੁੱਸੇ ਨਾਲ ਅੱਗੋਂ ਤੱਕਦਾ। ਭਾਈ ਜੋਗਾ ਜੀ ਵੇਖਦੇ ਵੀ ਇਹ ਤੇ 12 ਵੱਜ ਗਏ ਪਹਿਰੇਦਾਰ, ਤੇ ਅਜੇ ਵੀ ਖੜਿਆ ਹੋਇਆ। ਵੇਖ ਕੇ ਫਿਰ ਵਾਪਸ ਮੁੜੇ ਹਨ। ਮਨ ਮੁਰਝਾਏ ਦੁਖੀ ਹੋਏ ਮੁਰਿਓ, ਮਨ ਬੜਾ ਉਦਾਸ ਹੈ, ਬੜਾ ਦੁੱਖ ਹੈ ਮਨ ਦੇ ਵਿੱਚ ਵੀ ਸਾਰੀ ਰਾਤ ਨਿਕਲਦੀ ਜਾਂਦੀ ਹੈ, ਮੈਨੂੰ ਮੌਕਾ ਨਹੀਂ ਮਿਲਿਆ ਹੈ, ਇਹ ਪਹਿਰੇਦਾਰ ਇੱਥੇ ਖਲੋਤਾ ਹੋਇਆ, ਮਨ ਵਿੱਚ ਬੜੇ ਦੁਖੀ ਹਨ। ਅਬ ਲਓ ਨਹਿ ਮਹਿਲ ਪਾਲ ਨਿਕਲ। ਭਾਈ ਜੋਗਾ ਜੀ ਸੋਚਦੇ ਪਏ ਮਨ ਦੇ ਵਿੱਚ ਵੀ ਉਹ ਜਿਹੜਾ ਰਾਜਾ ਹੈ, ਜਿਸ ਰਾਜੇ ਦਾ ਇਹ ਵਜ਼ੀਰ ਹੈ ਜਿਹੜਾ ਬਾਹਰ ਪਹਿਰੇ 'ਤੇ ਖਲੋਤਾ ਹੈ, ਇਸ ਪਹਿਰੇਦਾਰ ਦਾ ਜਿਹੜਾ ਰਾਜਾ ਅੰਦਰ ਹੈ ਵੇਸਵਾ ਦੇ ਕੋਲ ਹੈ, ਕਿ ਅਜੇ ਤੱਕ ਨਹੀਂ ਉਹ ਬਾਹਰ ਨਿਕਲਿਆ, ਇੰਨਾ ਸਮਾਂ ਹੋ ਗਿਆ ਅਜੇ ਵੀ ਉਹ ਅੰਦਰ ਬੈਠਾ ਹੋਇਆ, ਕਿਉਂ ਨਹੀਂ ਉਹ ਬਾਹਰ ਨਿਕਲਦਾ, ਕਿਉਂ ਨਹੀਂ ਉਹ ਜਾਂਦਾ ਹੈ, ਇਸ ਤਰ੍ਹਾਂ ਮਨ ਵਿੱਚ ਸੋਚਦੇ ਹਨ। ਗਏ ਮਸੂਰਤ ਹੈ ਕਿ ਤੀਰ, ਇਸ ਤਰ੍ਹਾਂ ਝੂਰਦਿਆਂ ਹੋਇਆ ਫਿਰ ਦੁਬਾਰਾ ਪੌੜੀਆਂ ਥੱਲੇ ਉਤਰਿਆ ਅਤੇ ਘੋੜੇ ਕੋਲ ਚਲਾ ਗਿਆ। ਪਰ ਮਨ ਵਿੱਚ ਚਿੰਤਾ ਹੈ, ਮਨ ਵਿੱਚ ਝੂਰਾ ਹੈ ਵੀ ਰਾਜਾ ਜਾਂਦਾ ਕਿਉਂ ਨਹੀਂ ਹੈ, ਅੱਧੀ ਰਾਤ ਦਾ ਸਮਾਂ ਹੋ ਗਿਆ, ਰਾਤ ਨਿਕਲਦੀ ਜਾਂਦੀ ਹੈ। ਸੋਚਦਿਆਂ ਹੋਇਆ ਫਿਰ ਘੋੜੇ ਕੋਲ ਪਹੁੰਚੇ ਹਨ। ਤਿਉਂ ਤਿਉਂ ਲੱਗਾ ਹੈ ਕਾਮ ਕੇ ਤੀਰ, ਜਿਵੇਂ ਜਿਵੇਂ ਰਾਤ ਬਤੀਤ ਹੁੰਦੀ ਹੈ ਉਵੇਂ ਉਵੇਂ ਵਿਕਾਰ ਦੀ ਭਾਵਨਾ ਹੋਰ ਵੱਧਦੀ ਪਈ ਹੈ, ਹੋਰ ਮਾੜੇ ਵਿਚਾਰ ਪੈਦਾ ਹੁੰਦੇ ਹਨ। ਇਹ ਨਿਕਸੈ ਜਬ ਭੂਪ ਬਿਲੰਦ, ਭਾਈ ਜੋਗਾ ਜੀ ਮਨ ਵਿੱਚ ਸੋਚਦੇ ਜਦੋਂ ਇਹ ਨਿਕਲੇਗਾ ਨਾ ਰਾਜਾ, ਜਿਹੜਾ ਅੰਦਰ ਗਿਆ ਹੋਇਆ ਰਾਜਾ ਹੈ ਵੇਸਵਾ ਦੇ ਚੁਬਾਰੇ ਵਿੱਚ, ਜਦੋਂ ਇਹ ਨਿਕਲੇਗਾ, ਜਦੋਂ ਕਿਤੇ ਜਾਣਾ ਕਰੇਗਾ, ਮਿਲੋ ਤ੍ਰਿਆ ਸੋ ਦਹੇ ਅਨੰਗ, ਤੇ ਫਿਰ ਮੈਂ ਜਾਵਾਂਗਾ, ਮੇਰੇ ਕੋਲ ਧਨ ਦੀ ਥੈਲੀ ਹੈ, ਮੈਂ ਧਨ ਆਪਣਾ ਖਰਚਾਂਗਾ ਤੇ ਇਸ ਨੂੰ ਖਰੀਦ ਲਵਾਂਗਾ। ਇਹ ਰਾਜਾ ਕਦੇ ਤੇ ਜਾਵੇਗਾ ਨਾ, ਜਦੋਂ ਜਾਵੇਗਾ ਤੇ ਫਿਰ ਧਨ ਖਰਚ ਕੇ ਤੇ ਮੈਂ ਆਪਣੇ ਵਿਕਾਰਾਂ ਦੀ ਬਿਰਤੀ ਨੂੰ ਪੂਰਾ ਕਰਾਂਗਾ। ਅੱਜ ਰਾਤ ਮੈਂ ਕੇਲ ਮਚਾਵਾਂ, ਤੇ ਅੱਜ ਰਾਤ ਮੈਂ ਇਹ ਜਿਹੜੇ ਕੁਕਰਮ ਹਨ, ਮੰਦੀ ਵਾਸ਼ਨਾ ਜਿਹੜੀ ਉਹ ਪੂਰੀ ਕਰਨੀ ਹੈ। ਮਨ ਭਾਵਤ ਕਹੀਏ ਲਪਟਾਵਾਂ, ਅਤੇ ਮਨ ਭਾਉਂਦੇ ਮੈਂ ਆਪਣੇ ਜਿਹੜੇ ਮਨ ਦੇ ਵਿਚਾਰ ਨੇ ਉਹਨਾਂ ਨੂੰ ਪੂਰਾ ਕਰਾਂਗਾ। ਏਕ ਜਾਮ ਜਬ ਰਾਤ ਰਹੀ ਹੈ, ਉਹ ਗੁਰਮੁਖੋ ਕਰਦਿਆਂ ਕਰਦਿਆਂ ਦਿਨ ਦਾ ਤੜਕਾ ਹੋ ਗਿਆ, 3 ਵੱਜ ਗਏ, 3 ਪਹਿਰ ਰਾਤ ਬਤੀਤ ਹੋ ਗਈ। ਸੋਚਦਾ ਪਿਆ ਰਾਜਾ ਹੁਣ ਜਾਂਦਾ, ਰਾਜਾ ਹੁਣ ਜਾਂਦਾ, ਕਰਦਿਆਂ ਕਰਦਿਆਂ ਅੰਮ੍ਰਿਤ ਵੇਲੇ ਦੇ 3 ਵੱਜ ਗਏ। ਕਹਿਣ ਲੱਗੇ ਜਦੋਂ ਵੇਖਿਆ ਵੀ ਹੁਣ ਅੰਮ੍ਰਿਤ ਵੇਲਾ ਹੋ ਗਿਆ, 3 ਵੱਜ ਗਿਆ, 1 ਪਹਿਰ ਰਾਤ ਰਹਿ ਗਈ ਹੈ, ਜਾਗਤ ਬੈਠੇ ਘਾਤ ਲਹੀ ਹੈ, ਅਤੇ ਭਾਈ ਜੋਗਾ ਜੀ ਸੁੱਤੇ ਨੇ, ਘਾਤ ਵੇਖਦੇ ਪਏ ਵੀ ਮੌਕਾ ਮਿਲੇ, ਦਾ ਲੱਗੇ, ਰਾਜਾ ਬਸ ਨਿਕਲੇ ਪੌੜੀਆਂ ਤੋਂ ਥੱਲੇ ਉਤਰੇ ਅਤੇ ਮੈਂ ਛੇਤੀ ਨਾਲ ਭੱਜ ਕੇ ਪੌੜੀਆਂ ਚੜ੍ਹਾਂ, ਦਾ ਲੱਭਦੇ ਪਏ ਵੀ ਦਾ ਲੱਗ ਜਾਵੇ, ਲੱਭਦਿਆਂ ਲੱਭਦਿਆਂ ਦਾ ਦਿਨ ਦੇ 3 ਵੱਜ ਗਏ ਹਨ। ਧਨ ਲੈ ਕਰ ਤ੍ਰਿਅ ਦੁਆਰੇ ਗਏ, ਗੁਰਮੁਖੋ ਜਦੋਂ ਤੜਕਾ ਹੋ ਗਿਆ ਨਾ 3 ਵੱਜ ਗਿਆ, ਦੁਬਾਰਾ ਫਿਰ ਧਨ ਦੀ ਥੈਲੀ ਫੜੀ ਅਤੇ ਫਿਰ ਚੜ੍ਹ ਗਿਆ ਚੁਬਾਰੇ ਦੀਆਂ ਪੌੜੀਆਂ ਵੀ ਹੁਣ ਤਾਂ ਰਾਜਾ ਚਲੇ ਗਿਆ ਹੋਵੇਗਾ, ਹੁਣ ਤਾਂ ਮੇਰੇ ਕੋਲ ਸਮਾਂ ਹੈ ਅਤੇ ਹੁਣ ਤਾਂ ਮੈਂ ਇਹ ਆਪਣੀ ਬਿਰਤੀ ਪੂਰੀ ਕਰ ਲੈਣੀ ਹੈ। ਸ਼ੋਭਦਾਰ ਥਿਰ ਹੀਰਤ ਭਇਓ, ਜਦੋਂ ਭਾਈ ਜੋਗਾ ਜੀ ਫਿਰ ਪੌੜੀਆਂ ਚੜ੍ਹ ਕੇ ਚੁਬਾਰੇ ਦੇ ਸਾਹਮਣੇ ਗਏ ਤੇ ਕੀ ਵੇਖਦੇ ਪਏ, ਉੱਥੇ ਫਿਰ ਪਹਿਰੇਦਾਰ ਡੰਡਾ ਲੈ ਕੇ ਖਲੋਤਾ। ਪਹਿਰੇਦਾਰ ਉਹੀ ਹੈ ਜਿਹਦੇ ਹੱਥ ਵਿੱਚ ਸੋਨੇ ਦੀ ਡਾਂਗ ਫੜੀ ਹੋਈ ਹੈ, ਲੱਠ ਫੜੀ ਹੋਈ ਹੈ। 3 ਵਾਰੀ ਪੌੜੀਆਂ ਚੜ੍ਹਿਆ ਤੇ ਉਸ ਪਹਿਰੇਦਾਰ ਨੇ ਫਿਰ ਗੁੱਸੇ ਦੇ ਨਾਲ ਇਹਦੇ ਵੱਲ ਤੱਕਿਆ ਹੈ
ਭਾਈ ਜੋਗਾ ਜੀ ਸੋਚਦੇ ਪਏ ਵੀ ਲੱਗਦਾ ਰਾਜਾ ਅਜੇ ਵੀ ਅੰਦਰ ਹੈ। ਬਹੁਤ ਦੁੱਖ ਪਾਏ ਹਟਿਓ ਮੁਰਝਾਇਓ। ਇਹ ਕਹਿਣ ਲੱਗੇ ਵੀ ਭਾਈ ਜੋਗਾ ਜੀ ਬੜੇ ਦੁਖੀ ਹੁੰਦੇ ਉਸ ਪਹਿਰੇਦਾਰ ਨੂੰ ਵੇਖ ਕੇ, ਮਨ ਮੁਰਝਾ ਗਿਆ, ਮਨ ਉਦਾਸ ਹੋ ਗਿਆ ਹੈ, ਮਨ ਵਿੱਚ ਬੜਾ ਦੁੱਖ ਪਾਉਂਦੇ ਹਨ। ਉਹ ਨ੍ਰਿਪ ਇਸ ਪਰ ਬਹੁਤ ਬਿਰਮਾਇਓ। ਮਨ ਵਿੱਚ ਸੋਚਦੇ ਨੇ ਕਿਹੜਾ ਇਹੋ ਜਿਹਾ ਵਿਹਲਾ ਰਾਜਾ ਜਿਹੜਾ ਇੱਥੇ ਹੀ ਆ ਕੇ ਬੈਠਾ, ਇਹਨੂੰ ਕੋਈ ਰਾਜਧਾਨੀ ਦਾ ਕੋਈ ਰਾਜ ਭਾਗ ਦਾ ਕੋਈ ਕੰਮ ਨਹੀਂ ਹੈ, ਕੋਈ ਮਹਿਲ ਦੀਆਂ ਜ਼ਿੰਮੇਵਾਰੀਆਂ ਨਹੀਂ, ਕੋਈ ਰਿਆਸਤ ਦੀਆਂ ਜ਼ਿੰਮੇਵਾਰੀਆਂ ਨਹੀਂ। ਕਿਹੜਾ ਇਹੋ ਜਿਹਾ ਰਾਜਾ ਹੈ ਜਿਹੜਾ ਇਸ ਵੇਸਵਾ ਨੂੰ ਇੰਨਾ ਹੀ ਚਾਹੁੰਦਾ ਵੀ ਸਾਰੀ ਰਾਤ ਹੀ ਇੱਥੇ ਬਤੀਤ ਕਰ ਦੇਣ ਲੱਗਾ ਹੈ? ਉਹ ਰਾਜਾ ਕੌਣ ਹੈ ਜਿਹੜਾ ਇੰਨੇ ਸਮੇਂ ਤੋਂ ਇੱਥੇ ਬੈਠਾ? ਨਹਿ ਨਿਕਸਿਓ ਤ੍ਰੈ ਪਹਿਰ ਬਿਤਾਏ। ਅਤੇ ਤਿੰਨ ਪਹਿਰ ਬਤੀਤ ਹੋ ਗਏ ਨੇ, ਤਿੰਨਾਂ ਘੰਟਿਆਂ ਦਾ ਇੱਕ ਪਹਿਰ ਹੈ ਅਤੇ ਤਿੰਨ ਪਹਿਰ ਨੌ ਘੰਟਿਆਂ ਦਾ ਸਮਾਂ ਬਣ ਜਾਂਦਾ ਹੈ। ਰਾਜਾ ਨੌ ਘੰਟਿਆਂ ਤੋਂ ਇਸ ਚੁਬਾਰੇ ਵਿੱਚ ਆ ਕੇ ਬੈਠਾ ਹੋਇਆ, ਅਜੇ ਤੱਕ ਇਸ ਚੁਬਾਰੇ ਵਿੱਚੋਂ ਬਾਹਰ ਨਹੀਂ ਨਿਕਲਿਆ ਹੈ। ਅਬ ਇਹ ਚਾਰ ਘੜੀ ਠਹਿਰਾਏ। ਅਤੇ ਇਸੇ ਤਰ੍ਹਾਂ ਹੁਣ ਇਹ ਚਾਰ ਘੜੀਆਂ ਠਹਿਰੇਗਾ, 24 ਮਿੰਟਾਂ ਦੀ ਇੱਕ ਘੜੀ ਹੈ। ਮਨ ਵਿੱਚ ਸੋਚਦੇ ਪਏ ਭਾਈ ਜੋਗਾ ਜੀ ਵੀ ਲੱਗਦਾ ਵੀ ਚਾਰ ਘੜੀਆਂ ਹੋਰ ਲੱਗਣਗੀਆਂ, ਮੰਨ ਲਓ ਵੀ ਡੇਢ ਘੰਟੇ ਦਾ ਸਮਾਂ ਆਪਾਂ ਕਹਿ ਲਈਏ, ਅੱਧਾ ਪੈਰ ਵੀ ਅਜੇ ਅੱਧਾ ਪੈਰ ਹੋਰ ਰਹੇਗਾ, ਤਿੰਨ ਵੱਜ ਗਿਆ ਨੇ, ਲੱਗਦਾ ਵੀ ਇਹ 4:30-5 ਵਜੇ ਤੱਕ ਅਜੇ ਬੈਠਾ ਹੀ ਰਹੇਗਾ ਰਾਜਾ, ਇਹ ਮਨ ਵਿੱਚ ਸੋਚਦੇ ਪਏ ਹਨ। ਨਿਕਸ ਜਾਏਗੋ ਆਪਣੇ ਸਦਨ। ਚਲੋ ਕੋਈ ਗੱਲ ਨਹੀਂ, ਜੇ ਅਜੇ ਤੱਕ ਨਹੀਂ ਨਿਕਲਿਆ ਤੇ ਨਿਕਲ ਹੀ ਜਾਵੇਗਾ, ਹੋਰ ਘੰਟੇ ਨੂੰ ਨਿਕਲੇਗਾ, ਡੇਢ ਘੰਟੇ ਨੂੰ ਨਿਕਲੇਗਾ, 4 ਵਜੇ ਨਹੀਂ ਤੇ 5 ਵਜੇ ਤੱਕ ਨਿਕਲ ਜਾਏਗਾ, ਕਦੇ ਤੇ ਇੱਥੋਂ ਨਿਕਲ ਕੇ ਜਾਏਗਾ ਨਾ, ਦਫਾ ਹੀ ਹੋਵੇਗਾ, ਤੇ ਫਿਰ ਉਸ ਵੇਲੇ ਜਦੋਂ ਇਹਨੇ ਜਾਣਾ ਹੈ। ਤਬ ਮੈਂ ਮਿਲਾਂ ਹਰੋਂ ਮਦ ਮਦਨ। ਅਤੇ ਉਸ ਵੇਲੇ ਜਦੋਂ ਇਹ ਰਾਜਾ ਜਾਵੇਗਾ, ਮੈਂ ਦੇਖਦੇ ਰਹਿਣਾ ਹੈ, ਰਾਜੇ ਦੇ ਨਿਕਲਣ ਦੀ ਢੇਰ ਹੈ ਮਹਿਲ ਦੇ ਵਿੱਚੋਂ, ਚੁਬਾਰੇ ਦੇ ਵਿੱਚੋਂ ਬਾਹਰ, ਤੇ ਫਿਰ ਮੈਂ ਉਸੇ ਵੇਲੇ ਚੁਬਾਰੇ ਦੇ ਅੰਦਰ ਚਲੇ ਜਾਣਾ। ਨਿਸਡੇਰੇ ਭੁਨ ਬੈਠੇ ਜਾਏ। ਕਹਿਣ ਲੱਗੇ ਵੀ ਇਸ ਤਰ੍ਹਾਂ ਸੋਚ ਕੇ ਭਾਈ ਜੋਗਾ ਜੀ ਫਿਰ ਵਾਪਸ ਚਲੇ ਗਏ ਜਿੱਥੇ ਘੋੜਾ ਬੱਧਾ ਹੋਇਆ ਨੇ, ਆਪਣਾ ਆਸਣ ਲਾਇਆ ਸੀ ਆਰਾਮ ਕਰਨ ਵਾਸਤੇ, ਆਪਣੇ ਘੋੜੇ ਕੋਲ ਜਾ ਕੇ ਫਿਰ ਬੈਠ ਗਿਆ ਅਤੇ ਚੁਬਾਰੇ ਦੇ ਵੱਲ ਵੇਖੀ ਜਾ ਰਿਹਾ ਵੀ ਕਦੋਂ ਰਾਜਾ ਚੁਬਾਰੇ ਤੋਂ ਨਿਕਲ ਕੇ ਜਾਵੇ ਅਤੇ ਮੈਂ ਜਿਹੜਾ ਹੈ ਆਪਣਾ ਦਾ ਲਾ ਲਵਾਂ। ਕਹਿੰਦੇ ਇਸ ਤਰ੍ਹਾਂ ਦੇਖਦਾ ਪਿਆ ਹੈ। ਰਹੀ ਰਾਤ ਜਬ ਗਈ ਵਿਹਾਏ। ਅਤੇ ਗੁਰਮੁਖੋ ਇਸ ਤਰ੍ਹਾਂ ਡੀਕਦਿਆਂ ਡੀਕਦਿਆਂ ਰਾਤ ਸਾਰੀ ਬਤੀਤ ਹੋ ਗਈ, ਰਾਤ ਦਾ ਸਮਾਂ ਤਾਂ ਸਾਰਾ ਹੀ ਲੰਘਿਆ, ਇੱਕ ਪੈਰ ਲੰਘਿਆ, ਦੂਜਾ ਪੈਰ ਲੰਘਿਆ, ਤੀਜਾ ਪੈਰ ਲੰਘਿਆ, ਫਿਰ ਘੜੀਆਂ 'ਤੇ ਆ ਗਿਆ ਵੀ 24 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ ਚੱਲ ਜਾਏਗਾ, ਫਿਰ ਅੱਧੇ ਘੰਟੇ ਬਾਅਦ ਚੱਲ ਜਾਏਗਾ, ਕਰਦਿਆਂ ਕਰਦਿਆਂ ਸਾਰੀ ਰਾਤ ਹੀ ਲੰਘ ਗਈ ਹੈ, ਸਾਰਾ ਸਮਾਂ ਨਿਕਲ ਗਿਆ ਹੈ। ਅਰਨੂ ਦੈ ਕੋ ਸਮੋ ਪਹੁੰਚਾ। ਉਹ ਕਹਿਣ ਲੱਗੇ ਇੰਨੇ ਚਿਰ ਨੂੰ ਦਿਨ ਦਾ ਚੜ੍ਹਾਅ ਹੋਇਆ ਵੀ ਭਾਈ ਜੋਗਾ ਜੀ ਫਿਰ ਪੌੜੀਆਂ ਚੜ੍ਹ ਗਿਆ ਵੀ ਹੁਣ ਵੇਖਦਾ ਵੀ ਰਾਜਾ ਚਲੇ ਗਿਆ ਹੋਵੇਗਾ। ਜਦੋਂ ਚੌਥੀ ਵਾਰੀ ਪੌੜੀਆਂ ਚੜ੍ਹਿਆ ਤੇ ਫਿਰ ਉਹ ਪਹਿਰੇਦਾਰ ਨੇ ਗੁੱਸੇ ਦੇ ਨਾਲ ਤਾੜ ਕੇ ਆਖਿਆ, ਉਹ ਕੌਣ, ਤੂੰ ਕਿੱਧਰ ਨੂੰ ਆਇਆ? ਅਤੇ ਭਾਈ ਜੋਗਾ ਜੀ ਨੇ ਜਵਾਬ ਤਾਂ ਕੋਈ ਨਹੀਂ ਦਿੱਤਾ ਵੀ ਮੈਂ ਕੌਣ ਹਾਂ ਅਤੇ ਕਿੱਧਰੋਂ ਆਇਆ ਹਾਂ। ਅਤੇ ਉਹ ਪਹਿਰੇਦਾਰ ਫਿਰ ਬੋਲਿਆ ਬੜੇ ਗੁੱਸੇ ਦੇ ਨਾਲ, ਕਹਿਣ ਲੱਗਾ ਤੇਰਾ ਪਹਿਰਾਵਾ ਤਾਂ ਵੇਖਣ ਨੂੰ ਸਿੱਖਾਂ ਵਾਲਾ ਲੱਗਦਾ ਹੈ, ਤੂੰ ਲੱਗਦਾ ਤਾਂ ਇਸ ਤਰ੍ਹਾਂ ਹੈ ਜਿਵੇਂ ਗੁਰੂ ਦਾ ਸਿੱਖ ਹੁੰਦਾ ਹੈ, ਪਰ ਗੁਰੂ ਦੇ ਸਿੱਖ ਦਾ ਇਹ ਰਾਹ ਨਹੀਂ ਜਿੱਧਰ ਨੂੰ ਤੂੰ ਤੁਰ ਪਿਆ ਹੈ, ਗੁਰੂ ਦੇ ਸਿੱਖ ਦਾ ਰਾਹ ਤਾਂ ਅਨੰਦਪੁਰ ਸਾਹਿਬ ਇੱਧਰ ਨੂੰ ਜਾਂਦਾ ਹੈ, ਤੈਨੂੰ ਉੱਧਰ ਜਾਣਾ ਚਾਹੀਦਾ ਜਿਹੜਾ ਰਾਹ ਤੈਨੂੰ ਗੁਰੂ ਦੇ ਦਰ 'ਤੇ ਲੈ ਕੇ ਜਾਂਦਾ ਹੈ, ਤੈਨੂੰ ਉਸ ਰਾਹ 'ਤੇ ਨਹੀਂ ਤੁਰਨਾ ਚਾਹੀਦਾ ਜਿਹੜਾ ਨਰਕਾਂ ਵਿੱਚ ਲੈ ਕੇ ਜਾਵੇਗਾ, ਤੂੰ ਗੁਰੂ ਕਾ ਸਿੱਖ ਹੈ, ਤੈਨੂੰ ਇਸ ਗੱਲ ਦੀ ਵਿਚਾਰ ਹੋਣੀ ਚਾਹੀਦੀ ਹੈ। ਜਦੋਂ ਇਸ ਤਰ੍ਹਾਂ ਪਹਿਰੇਦਾਰ ਨੇ ਝਿੜਕਿਆ ਨਾ ਗੁੱਸੇ ਦੇ ਨਾਲ ਇਹ ਬਚਨ ਆਖਿਆ, ਅਤੇ ਕਹਿਣ ਲੱਗੇ ਫਿਰ ਬਹੁ ਮਨ ਮੱਥ 'ਤੇ ਮਿਲਵੋ ਰੁਚਾ। ਉਹ ਕਹਿਣ ਲੱਗੇ ਮਨ ਵਿੱਚ ਇੱਛਾ ਤਾਂ ਬੜੀ ਹੈ ਵਿਕਾਰ ਭੋਗਣ ਦੀ, ਬਿਰਤੀ ਕਾਮ ਵਾਲੀ ਹੈ, ਪਰ ਜਦੋਂ ਪਹਿਰੇਦਾਰ ਨੇ ਝਿੜਕਿਆ ਇਧਰੋਂ ਦਿਨ ਦਾ ਚੜ੍ਹਾਅ ਹੋ ਗਿਆ ਹੈ। ਤਬ ਭੀ ਚੋਬਦਾਰ ਸੋ ਖਰੇ। ਉਸ ਵੇਲੇ ਭਾਈ ਜੋਗਾ ਜੀ ਨੇ ਵੇਖਿਆ ਵੀ ਪਹਿਰੇਦਾਰ ਤੇ ਫਿਰ ਉਸੇ ਤਰ੍ਹਾਂ ਹੀ ਖੜਾ ਹੋਇਆ ਤੇ ਹੱਥ ਵਿੱਚ ਡੰਡਾ ਫੜਿਆ ਹੋਇਆ ਤੇ ਬੜੇ ਗੁੱਸੇ ਦੇ ਨਾਲ ਮੈਨੂੰ ਇਸਨੇ ਝਿੜਕਿਆ ਹੈ। ਹਟ ਕਰ ਆਏ ਤਿਮਰ ਤਬ ਟਰਿਓ। ਤੇ ਇੰਨੇ ਚਿਰ ਨੂੰ ਭਾਈ ਜੋਗਾ ਜੀ ਫਿਰ ਉਸ ਪਹਿਰੇਦਾਰ ਦੇ ਕੋਲੋਂ ਝਿੜਕਾਂ ਖਾ ਕੇ ਨਾ, ਜਦੋਂ ਝਿੜਕਿਆ ਉਸਨੇ ਵੀ ਵੇਖਣ ਨੂੰ ਗੁਰੂ ਦਾ ਸਿੱਖ ਲੱਗਦਾ ਪਰ ਤੁਰਿਆ ਵਿਕਾਰਾਂ ਵਾਲੇ ਪਾਸੇ ਜਾਂਦਾ, ਤੈਨੂੰ ਇੱਧਰ ਨਹੀਂ ਜਾਣਾ ਚਾਹੀਦਾ, ਤੈਨੂੰ ਅਨੰਦਪੁਰ ਸਾਹਿਬ ਵਾਲਾ ਰਾਹ ਲੈਣਾ ਚਾਹੀਦਾ ਹੈ। ਜਦੋਂ ਇਸ ਤਰ੍ਹਾਂ ਝਿੜਕਿਆ ਉਸ ਪਹਿਰੇਦਾਰ ਨੇ ਤੇ ਭਾਈ ਜੋਗਾ ਜੀ ਪਿੱਛੇ ਹਟੇ ਤੇ ਨਾਲੇ ਵੇਖਿਆ ਵੀ ਹੁਣ ਤੇ ਹਨੇਰਾ ਵੀ ਖਤਮ ਹੋ ਗਿਆ, ਹੁਣ ਤੇ ਦਿਨ ਚੜ੍ਹ ਗਿਆ, ਚਾਨਣ ਹੋ ਗਿਆ ਹੈ। ਤਬ ਸਮੇਤ ਸਿੱਖ ਕੋ ਅਗਿਆਨ। ਗੁਰਮੁਖੋ ਹਨੇਰਾ ਨਹੀਂ ਨਾਸ ਹੋਇਆ, ਸਿੱਖ ਦੇ ਮਨ ਦਾ ਅਗਿਆਨ ਨਾਸ ਹੋ ਗਿਆ, ਦਿਨ ਨਹੀਂ ਚੜ੍ਹਿਆ, ਸਿੱਖ ਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਦੋਂ ਪਹਿਰੇਦਾਰ ਨੇ ਝਿੜਕਿਆ ਨਾ ਵੀ ਸਿੱਖ ਹੋ ਕੇ ਤੂੰ ਕਿੱਧਰ ਨੂੰ ਤੁਰਿਆ,
ਨਾਲੇ ਦਿਨ ਚੜ੍ਹਿਆ, ਇੱਧਰੋਂ ਦਿਨ ਦਾ ਪ੍ਰਕਾਸ਼ ਹੋਇਆ ਅਤੇ ਹਨੇਰਾ ਖਤਮ ਹੋ ਗਿਆ। ਕਹਿਣ ਲੱਗੇ ਬਾਹਰੋਂ ਹਨੇਰਾ ਖਤਮ ਹੋਇਆ ਦੁਨੀਆਂ ਦਾ, ਪਰ ਅਸਲ ਵਿੱਚ ਭਾਈ ਜੋਗਾ ਜੀ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਬਾਹਰ ਸੂਰਜ ਦਾ ਪ੍ਰਕਾਸ਼ ਹੋਇਆ, ਸੂਰਜ ਚੜ੍ਹਿਆ ਹੈ, ਰੌਸ਼ਨੀ ਹੋਈ ਹੈ, ਭਾਈ ਜੋਗਾ ਜੀ ਨੂੰ ਗਿਆਨ ਦਾ ਪ੍ਰਕਾਸ਼ ਹੋਇਆ, ਆਪਣੇ ਆਪ ਫਿਰ ਸੋਝੀ ਆਈ ਹੈ। ਨਾਸਿਓ ਭਇਓ ਪ੍ਰਗਾਸ਼ ਸੋ ਗਿਆ। ਉਹ ਕਹਿਣ ਲੱਗੇ ਜਿਹੜਾ ਅਗਿਆਨਤਾ ਕਰਕੇ ਵਿਕਾਰ ਬਣਿਆ ਸੀ ਨਾ ਮਨ ਦੇ ਵਿੱਚ, ਵਿਕਾਰੀ ਬਿਰਤੀ ਬਣੀ, ਉਹ ਅਗਿਆਨ ਵੀ ਨਾਸ ਹੋ ਗਿਆ ਅਤੇ ਵਿਕਾਰ ਵੀ ਨਾਸ ਹੋ ਗਿਆ, ਆਪਣੇ ਆਪ ਹੀ ਸਤਿਗੁਰਾਂ ਨੇ ਕਲਾ ਵਰਤਾ ਦਿੱਤੀ। ਮਹਾਰਾਜ ਆਪ ਹੀ ਪਰਖ ਪਾਉਣ ਵਾਲੇ ਨਾ, ਪਰਖਦੇ ਵੀ ਆਪ, ਮਾਇਆ ਵੀ ਆਪੇ ਵਰਤਾਉਂਦੇ ਔਰ ਮਾਇਆ ਤੋਂ ਰੱਖ ਵੀ ਆਪੇ ਹੀ ਲੈਂਦੇ। ਕਿਰਪਾ ਕਰਕੇ ਸਤਿਗੁਰਾਂ ਨੇ ਐਸੀ ਕਲਾ ਵਰਤਾਈ ਹੈ, ਦਿਨ ਚੜ੍ਹਿਆ, ਜਦੋਂ ਜਦੋਂ ਦਿਨ ਦਾ ਚਾਨਣ ਹੋਇਆ ਉਵੇਂ ਉਵੇਂ ਸਿੱਖ ਦੇ ਮਨ ਵਿੱਚ ਗਿਆਨ ਵੀ ਹੋ ਗਿਆ ਅਤੇ ਕਹਿਣ ਲੱਗੇ ਉਹ ਜਿਹੜੀ ਵਿਕਾਰ ਦੀ ਬਿਰਤੀ ਬਣੀ ਸੀ ਨਾ ਮਨ ਦੇ ਵਿੱਚ, ਉਹ ਵੀ ਸਾਰੀ ਮਿਟ ਗਈ ਹੈ। ਬਾਰ ਬਾਰ ਮਨ ਅਦਕ ਧਿਕਾਰਾ। ਭਾਈ ਜੋਗਾ ਜੀ ਹੁਣ ਆਪਣੇ ਆਪ ਨੂੰ ਧਿਕਾਰਾਂ ਪਾਉਂਦੇ, ਲਾਹਣਤਾ ਪਾਉਂਦੇ, ਉਹ ਜੋਗਿਆ ਤੂੰ ਇਹ ਕੀ ਕਰਨ ਲੱਗਾ ਸੀ, ਤੇਰੇ ਕੋਲੋਂ ਤਾਂ ਬੜਾ ਵੱਡਾ ਪਾਪ ਹੋ ਚੱਲਿਆ। ਜਿੰਨਾ ਚਿਰ ਵਿਕਾਰ ਭਾਰੀ ਸੀ ਉਨਾ ਚਿਰ ਤਾਂ ਵਾਰ ਵਾਰ ਪੌੜੀਆਂ ਚੜ੍ਹ ਕੇ ਚੁਬਾਰੇ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਗਿਆਨ ਹੋ ਗਿਆ, ਸਮਝ ਆ ਗਈ ਵੀ ਨਹੀਂ, ਮੈਂ ਤਾਂ ਮਾੜਾ ਕੰਮ ਕਰਨ ਲੱਗਾ ਸੀ, ਮੈਂ ਤਾਂ ਸਿੱਖੀ ਵੱਲੋਂ ਖਾਰਜ ਹੋ ਚੱਲਿਆ, ਮੈਂ ਤਾਂ ਨਰਕਾਂ ਵਿੱਚ ਡਿੱਗ ਪੈਣ ਲੱਗਾ ਸੀ, ਇਹ ਮੇਰੇ ਕੋਲੋਂ ਪਾਪ ਹੋਣ ਲੱਗਾ, ਗੁਨਾਹ ਹੋਣ ਲੱਗਾ, ਮੈਂ ਤਾਂ ਬਚ ਗਿਆ ਹਾਂ, ਸਗੋਂ ਚੰਗਾ ਹੋਇਆ ਹੈ। ਹੁਣ ਭਾਈ ਜੋਗਾ ਜੀ ਆਪਣੇ ਆਪ ਨੂੰ ਧਿਕਾਰਾਂ ਪਾਉਂਦੇ, ਆਪਣੇ ਆਪ ਨੂੰ ਲਾਹਣਤਾ ਪਾਉਂਦੇ, ਉਹ ਜੋਗਿਆ ਤੂੰ ਹੈ ਤੇ ਵਾਕਿਆ ਹੀ ਗੁਰੂ ਦਾ ਸਿੱਖ, ਪਰ ਇਹ ਤੂੰ ਕੀ ਕਾਰਜ ਕੀਤਾ ਹੈ। ਬੀਤੋ ਗਜ਼ਬ ਇਹ ਭਾਰਾ। ਇਹ ਤੇ ਬੜਾ ਵੱਡਾ ਗਜ਼ਬ ਵਾਲਾ ਕੰਮ ਹੋਣ ਲੱਗਾ ਸੀ, ਬੜਾ ਦੁੱਖ ਵਾਲਾ ਕੰਮ ਹੋਣ ਲੱਗਾ ਸੀ, ਇਹ ਤੇ ਬਹੁਤ ਭਿਆਨਕ ਕਰਮ ਤੇਰੇ ਕੋਲੋਂ ਹੋਣ ਲੱਗਾ ਹੈ। ਜੇਕਰ ਚੋਬਦਾਰ ਨਾ ਹੋਤਾ। ਭਾਈ ਜੋਗਾ ਜੀ ਸੋਚਦੇ ਪਏ ਵੀ ਜੇਕਰ ਕੇ ਆ ਪਹਿਰੇਦਾਰ ਨਾ ਖਲੋਤਾ ਹੁੰਦਾ, ਬਚਾਇਆ ਤੇ ਅਸਲ ਵਿੱਚ ਪਹਿਰੇਦਾਰ ਨਹੀਂ ਹੈ, ਡੰਡਾ ਲੈ ਕੇ ਜੋ ਖਲੋਤਾ ਹੈ, ਡੰਡਾ ਲੈ ਕੇ ਖਲੋਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖ ਨੂੰ ਬਚਾਉਣ ਵਾਸਤੇ। ਪਰ ਬਚਨ ਇੱਥੇ ਇਹ ਵੀ ਜਿਹੜਾ ਹੈ ਸਾਨੂੰ ਜਾਣਕਾਰੀ ਵਿੱਚ ਰੱਖਣਾ ਚਾਹੀਦਾ, ਧਿਆਨ ਵਿੱਚ ਰੱਖਣਾ ਚਾਹੀਦਾ ਕਿ ਮਹਾਰਾਜ ਪੰਜ ਭੌਤਿਕ ਸਰੀਰ ਲੈ ਕੇ, ਸਾਡਾ ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਨਾ, ਮਹਾਰਾਜ ਵੀ ਪੰਜਾਂ ਤੱਤਾਂ ਦਾ ਸਰੀਰ ਲੈ ਕੇ ਉਸ ਵੇਸਵਾ ਦੇ ਦਰ 'ਤੇ ਨਹੀਂ ਖਲੋਤੇ, ਆਪਣਾ ਆਤਮਿਕ ਸਰੂਪ ਲੈ ਕੇ ਆਤਮਿਕ ਸ਼ਕਤੀ ਦੇ ਨਾਲ ਸਤਿਗੁਰੂ ਜੀ ਉੱਥੇ ਪਹੁੰਚੇ ਸਨ। ਅਤੇ ਉਹ ਜਿਹੜਾ ਸਰੀਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ, ਇੱਕ ਪਹਿਰੇਦਾਰ ਦੇ ਰੂਪ ਦੇ ਵਿੱਚ ਕੇਵਲ ਭਾਈ ਜੋਗਾ ਜੀ ਨੂੰ ਦਿਸਦਾ ਪਿਆ, ਕਿਉਂਕਿ ਮਹਾਰਾਜ ਵਿਖਾਉਣਾ ਹੀ ਉਹਨੂੰ ਚਾਹੁੰਦੇ, ਉਹਦੇ ਬਿਨਾਂ ਕੌਣ ਉੱਥੇ ਆ ਰਿਹਾ ਅਤੇ ਕੌਣ ਜਾ ਰਿਹਾ ਉਹ ਕਿਸੇ ਨੂੰ ਦਿਸਦਾ ਨਹੀਂ ਹੈ, ਭਾਈ ਜੋਗਾ ਜੀ ਨੂੰ ਹੀ ਪ੍ਰਤੀਤ ਹੁੰਦਾ ਵੀ ਅੱਗੇ ਪਹਿਰੇਦਾਰ ਖਲੋਤਾ ਹੈ। ਉਹ ਮਹਾਰਾਜ ਜੀਆਂ ਦਾ ਆਤਮਿਕ ਕਲਾ ਜਿਹੜੀ ਹੈ ਨਾ ਸ਼ਕਤੀ, ਉਹਦਾ ਬਣਾਇਆ ਹੋਇਆ ਇੱਕ ਰੂਪ ਹੈ ਜੋ ਸਤਿਗੁਰਾਂ ਨੇ ਉੱਥੇ ਖੜ੍ਹਾ ਕੀਤਾ। ਪੰਜ ਭੌਤਿਕ ਅਤੇ ਸਰੀਰ ਮਹਾਰਾਜ ਜੀਆਂ ਦਾ ਅਨੰਦਪੁਰ ਸਾਹਿਬ ਦੇ ਵਿੱਚ ਹੀ ਹੈ, ਪਰ ਉਹ ਪਹਿਰੇਦਾਰ ਭਾਈ ਜੋਗਾ ਜੀ ਨੂੰ ਦਿਸਦਾ ਪਿਆ ਹੈ। ਭਾਈ ਜੋਗਾ ਜੀ ਸੋਚਦੇ ਪਏ ਵੀ ਜੇ ਇਹ ਪਹਿਰੇਦਾਰ ਨਾ ਇੱਥੇ ਖੜਿਆ ਹੁੰਦਾ ਤਾਂ ਮੈਂ ਤਾਂ ਨਰਕਾਂ ਵਿੱਚ ਡਿੱਗਣ ਦੀ ਕੋਈ ਡੇਰੀ ਨਹੀਂ ਸੀ ਲਾਉਣੀ, ਮੈਂ ਤਾਂ ਤਿਆਰ ਸੀ ਇਸ ਨਰਕਾਂ ਦੇ ਟੋਏ ਵਿੱਚ ਡਿੱਗਣ ਵਾਸਤੇ, ਇਹ ਤਾਂ ਮੈਨੂੰ ਪਹਿਰੇਦਾਰ ਨੇ ਬਚਾਇਆ ਹੈ। ਇਸ ਮਿਸ ਖਾਤ ਨਰਕ ਮਹਿੰਗੋਤੇ। ਜੇ ਇਹ ਪਹਿਰੇਦਾਰ ਨਾ ਹੁੰਦਾ ਤਾਂ ਮੈਂ ਤਾਂ ਇਸ ਬਹਾਨੇ ਦੇ ਨਾਲ ਨਰਕਾਂ ਦਾ ਗੋਤਾ ਖਾ ਲੈਣਾ ਸੀ, ਨਰਕਾਂ ਵਿੱਚ ਡਿੱਗ ਪੈਣਾ ਸੀ। ਇਹ ਤਾਂ ਮੇਰੇ 'ਤੇ ਕਿਰਪਾ ਹੋਈ ਹੈ ਵੀ ਇਹ ਪਹਿਰੇਦਾਰ ਦਾ ਇੱਕ ਬਹਾਨਾ ਬਣ ਗਿਆ, ਜਿਹਨੇ ਮੈਨੂੰ ਵਾਰ ਵਾਰ ਰੋਕਿਆ ਔਰ ਡਾਂਟਿਆ ਵੀ ਹੈ ਵੀ ਤੂੰ ਗੁਰੂ ਦਾ ਸਿੱਖ ਹੈ, ਤੇਰਾ ਇਹ ਰਾਹ ਨਹੀਂ ਹੈ, ਮੈਨੂੰ ਡਾਂਟਿਆ ਹੈ ਔਰ ਮੈਨੂੰ ਬਚਾਇਆ ਹੈ, ਮੈਂ ਤਾਂ ਇਸ ਪਹਿਰੇਦਾਰ ਦੇ ਕਰਕੇ ਬਚ ਗਿਆ ਹਾਂ। ਮੈਂ ਸਿੱਖੀ ਇਸ ਭਾਂਤ ਕਮਾਈ। ਮੈਂ ਗੁਰੂ ਦੀ ਸਿੱਖੀ ਕਮਾਈ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿੰਦਾ ਸੀ ਮੈਂ, ਉਦੋਂ ਮਹਾਰਾਜ ਨੂੰ ਆਖਦਾ ਸੀ ਸਤਿਗੁਰੂ ਜਿਵੇਂ ਤੁਹਾਨੂੰ ਭਾਉਂਦਾ ਮੈਂ ਤਾਂ ਉਵੇਂ ਹੀ ਕਰਾਂਗਾ, ਮੈਂ ਇੰਨੀ ਸੇਵਾ ਕੀਤੀ ਹੈ ਮਹਾਰਾਜ ਦੇ ਦਰਬਾਰ ਵਿੱਚ, ਇੰਨਾ ਸਿਮਰਨ ਕੀਤਾ, ਬਚਨ ਕਮਾਇਆ, ਬਚਨ ਮੰਨਿਆ, ਕਮਾਈ ਕੀਤੀ ਹੈ, ਇੰਨੀ ਮਿਹਨਤ ਕਰਕੇ ਮੈਂ ਸਿੱਖੀ ਕਮਾਈ ਹੈ, ਅਤੇ ਅੱਜ ਉਹ ਸਾਰੀ ਸਿੱਖੀ ਮੇਰੇ ਕੋਲੋਂ ਛੁੱਟ ਜਾਣੀ ਸੀ ਜੇ ਮੇਰੇ ਕੋਲੋਂ ਆਹ ਕਰਮ ਹੋ ਜਾਂਦਾ। ਮੈਂ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਸਿੱਖੀ ਕਮਾਈ ਹੈ। ਗੁਰ ਢਿੱਗ ਸੇਵਤ ਰਹਿਓ ਸਦਾਈ। ਗੁਰ ਢਿੱਗ ਸੇਵਤ ਰਹਿਓ ਸਦਾਈ। ਮੈਂ ਸਤਿਗੁਰਾਂ ਦੇ ਕੋਲ ਰਹਿੰਦਾ ਰਿਹਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਅਤੇ ਮਹਾਰਾਜ ਜੀਆਂ ਦੇ ਹੁਕਮ ਦੇ ਵਿੱਚ ਰਹਿ ਕੇ ਅਤੇ ਮੈਂ ਸਤਿਗੁਰਾਂ ਦੀ ਸੇਵਾ ਕੀਤੀ ਹੈ। ਇਸ ਲਈ ਵਿਆਹ ਕੋ ਗਏ ਅਤੇ ਸਤਿਗੁਰਾਂ ਦੀ ਆਗਿਆ ਲੈ ਕੇ, ਮਹਾਰਾਜ ਨੇ ਆਖਿਆ ਸੀ ਭਾਈ ਜੋਗਿਆ ਦੱਸ ਤੇਰੇ ਮਨ ਦੀ ਕੀ ਵਿਚਾਰ ਹੈ। ਜਦੋਂ ਮਾਤਾ ਪਿਤਾ ਲੈਣ ਆਏ ਨਾ ਵੀ ਮਹਾਰਾਜ ਅਸੀਂ ਇਹਦਾ ਵਿਆਹ ਕਰਨਾ ਚਾਹੁੰਦੇ ਹਾਂ,
ਅਤੇ ਸਤਿਗੁਰਾਂ ਨੇ ਭਾਈ ਜੋਗਾ ਜੀ ਨੂੰ ਪੁੱਛਿਆ ਸੀ, ਭਾਈ ਜੋਗਾ ਜੀ ਕੀ ਵਿਚਾਰ ਹੈ ਤੁਹਾਡਾ? ਅਤੇ ਭਾਈ ਜੋਗਾ ਜੀ ਨੇ ਆਖਿਆ ਸੀ, ਮਹਾਰਾਜ ਮੇਰੇ ਵਿਚਾਰ ਤਾਂ ਤੁਹਾਡੇ ਨਾਲ ਹੀ ਹੈ, ਜੇ ਆਪ ਜੀ ਹੁਕਮ ਕਰੋਗੇ ਤਾਂ ਮੈਂ ਚਲੇ ਜਾਵਾਂਗਾ, ਜੇ ਆਪ ਜੀ ਹੁਕਮ ਕਰੋਗੇ ਤਾਂ ਮੈਂ ਰਹਿ ਪਵਾਂਗਾ। ਅਤੇ ਸਤਿਗੁਰਾਂ ਨੇ ਇਹ ਬਚਨ ਸੁਣ ਕੇ ਆਖਿਆ ਸੀ, ਭਾਈ ਜੋਗਾ ਜੀ ਜੇ ਇਹ ਬਚਨ ਹੈ ਤਾਂ ਫਿਰ ਜਾਓ, ਤੁਸੀਂ ਇਹ ਵਿਆਹ ਕਾਰ ਜਿਹੜਾ ਹੈ ਇਸ ਨੂੰ ਪੂਰਾ ਕਰ ਲਵੋ। ਭਾਈ ਜੋਗਾ ਜੀ ਉਹ ਬਚਨ ਸੋਚਦੇ ਪਏ ਕਿ ਮੈਂ ਸਤਿਗੁਰਾਂ ਦੀ ਆਗਿਆ ਲੈ ਕੇ ਗਿਆ ਸੀ ਵਿਆਹ ਕਰਾਉਣ ਵਾਸਤੇ, ਸਤਿਗੁਰਾਂ ਨੇ ਆਖਿਆ ਵੀ ਜਾ ਤੇ, ਤਾਂ ਮੈਂ ਗਿਆ ਹਾਂ। ਗੁਰ ਹੁਕਮ ਬਿਲੋਕਤ ਭਇਓ, ਤੇ ਮੈਂ ਗੁਰੂ ਦੇ ਹੁਕਮ ਤੋਂ ਬਾਹਰ ਤੇ ਕਦੇ ਕੰਮ ਕੋਈ ਕਰਦਾ ਨਹੀਂ, ਜਦੋਂ ਗੁਰੂ ਪਾਤਸ਼ਾਹ ਹੁਕਮ ਕਰਦੇ ਮੈਂ ਕੰਮ ਉਦੋਂ ਹੀ ਕਰਦਾ ਹਾਂ, ਔਰ ਕੰਮ ਵੀ ਉਹੀ ਕਰਦਾ ਹਾਂ ਜੋ ਮਹਾਰਾਜ ਮੈਨੂੰ ਕਹਿੰਦੇ, ਮੈਂ ਕਦੇ ਗੁਰੂ ਦੇ ਹੁਕਮ ਤੋਂ ਬਾਹਰੀ ਕੰਮ ਨਹੀਂ ਕੀਤਾ ਹੈ। ਹੋਰਸ ਬਰਖਨ ਕੀ ਬਰ ਬਾਲਾ, ਤੇ ਕਹਿਣ ਲੱਗਾ ਘਰੇ ਗਿਆ ਸੀ ਵਿਆਹ ਕਰਾਉਣ ਵਾਸਤੇ, ਮਾਂ ਬਾਪ ਨੇ ਵੀ ਮੇਰੇ ਵਾਸਤੇ ਜਿਹੜੀ ਹੈ ਦੁਲਹਨ ਇਸਤਰੀ ਵੇਖੀ ਹੈ, ਮੈਂ ਘਰ ਵਿਆਹ ਕਰਾਉਣ ਵਾਸਤੇ ਗੁਰੂ ਦੇ ਹੁਕਮ ਦੇ ਨਾਲ ਗਿਆ ਹਾਂ। ਵੇਦ ਲੋਕ ਮਤ ਧਰਮ ਵਿਸਾਲਾ, ਤੇ ਜਿਹੜਾ ਮੈਂ ਵਿਆਹ ਕਰਾਉਣਾ ਹੈ ਉਹਦੇ ਵਿੱਚ ਵੇਦ ਵੀ ਪ੍ਰਵਾਨਗੀ ਦਿੰਦੇ, ਵੇਦ ਸ਼ਾਸਤਰ ਧਾਰਮਿਕ ਗ੍ਰੰਥ ਵੀ ਇਹ ਗੱਲ ਕਹਿੰਦੇ ਵੀ ਵਿਆਹ ਕਰਾਉਣਾ ਕੋਈ ਮਾੜਾ ਕਰਮ ਨਹੀਂ, ਚੰਗਾ ਕਰਮ ਹੈ। ਦੁਨੀਆਂ ਦੇ ਲੋਕ ਜਿਹੜੇ ਸਿਆਣੇ ਨੇ ਉਹ ਵੀ ਗੱਲ ਕਹਿੰਦੇ ਨੇ ਵੀ ਵਿਆਹ ਕਰਾਉਣਾ ਕੋਈ ਮਾੜਾ ਕਰਮ ਨਹੀਂ, ਚੰਗਾ ਕਰਮ ਹੈ। ਇਸੇ ਤਰ੍ਹਾਂ ਧਰਮ ਵੀ ਇਹ ਗੱਲ ਕਹਿੰਦਾ ਹੈ ਕਿ ਵਿਆਹ ਕਰਨਾ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਭਾਈ ਗੁਰਦਾਸ ਜੀਆਂ ਨੇ ਗ੍ਰਿਸ਼ਟੀ ਧਰਮ ਨੂੰ ਸਭ ਤੋਂ ਵੱਡਾ ਲਿਖਿਆ ਹੈ, ਕਹਿਣ ਲੱਗੇ ਜਿਵੇਂ ਰੁੱਖਾਂ ਦੇ ਵਿੱਚ ਬੋਹੜ ਸਭ ਤੋਂ ਵੱਡਾ ਹੈ, ਅਤੇ ਜਾਨਵਰਾਂ ਦੇ ਵਿੱਚੋਂ ਸਭ ਤੋਂ ਵੱਡੀ ਸਰਦਾਰੀ ਜਿਵੇਂ ਸ਼ੇਰ ਦੀ ਹੈ, ਅਤੇ ਜਿਵੇਂ ਸਾਰੇ ਪੰਛੀਆਂ ਦੇ ਵਿੱਚੋਂ ਹੰਸ ਨੂੰ ਸੋਹਣਾ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਸਾਰੇ ਧਰਮਾਂ ਦੇ ਵਿੱਚੋਂ ਗ੍ਰਿਸ਼ਟ ਧਰਮ ਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਇਹ ਉਹਨਾਂ ਨੇ ਉਪਮਾ ਲਿਖੀ ਹੈ ਗ੍ਰਿਸ਼ਟੀ ਧਰਮ ਦੀ। ਕਹਿਣ ਤੋਂ ਭਾਵ ਇਹ ਹੈ ਵੀ ਧਰਮ ਜਿਹੜਾ ਹੈ ਉਹ ਵੀ ਵਿਆਹ ਕਰਾਉਣ ਤੋਂ ਰੋਕਦਾ ਨਹੀਂ ਹੈ, ਕੋਈ ਵੀ ਧਰਮ ਹੋਵੇ। ਅੱਗੇ ਜਿਹੜੇ ਪੈਰੋਕਾਰ ਨੇ ਉਹ ਆਪੋ ਆਪਣੀ ਮਰਿਆਦਾ ਚਲਾ ਦੇਣ ਤਾਂ ਵੱਖਰੀ ਗੱਲ ਹੈ, ਜੇ ਆਪਾਂ ਗੁਰੂ ਸਾਹਿਬਾਨ ਦੀ ਗੱਲ ਕਰੀਏ, ਸਾਰੇ ਗੁਰੂ ਸਾਹਿਬਾਨ ਨੇ ਆਨੰਦ ਕਾਰਜ ਵਿਆਹ ਕਰਵਾਏ ਨੇ, ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀਆਂ ਤੋਂ ਬਿਨਾਂ। ਉਹਦਾ ਕਾਰਨ ਵੀ ਹੈ ਵੀ ਮਹਾਰਾਜ ਦੀ ਉਮਰਾਂ ਛੋਟੀ ਸੀ, ਸਤਿਗੁਰੂ ਜੀ ਛੋਟੀ ਉਮਰ ਵਿੱਚ 7 ਸਾਲ ਦੀ ਉਮਰਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਆਪਣਾ 5 ਭੌਤਿਕ ਸਰੀਰ ਤਿਆਗ ਗਏ ਸਨ। ਜੇ ਇਸੇ ਤਰ੍ਹਾਂ ਅਨਮਤਾਂ ਦੀ ਗੱਲ ਕਰੀਏ ਦੂਸਰੇ ਧਰਮਾਂ ਦੀ, ਤਾਂ ਭਗਵਾਨ ਕ੍ਰਿਸ਼ਨ ਜੀ ਨੇ ਵੀ ਤਾਂ ਵਿਆਹ ਕਰਾਇਆ, ਭਗਵਾਨ ਰਾਮ ਜੀ ਨੇ ਵਿਆਹ ਕਰਵਾਇਆ, ਸ਼ਿਵਜੀ ਵਰਗੇ ਵਿਆਹ ਕਰਾਉਂਦੇ, ਬ੍ਰਹਮਾ ਵਰਗੇ ਵਿਆਹ ਕਰਾਉਂਦੇ, ਵਿਸ਼ਨੂੰ ਭਗਵਾਨ ਵਰਗਿਆਂ ਨੇ ਵਿਆਹ ਕਰਵਾਇਆ, ਕਿੰਨੇ ਕੁ ਪੈਗੰਬਰਾਂ ਦਾ ਅਵਤਾਰਾਂ ਦਾ ਨਾਮ ਲਈਏ, ਹੈ ਤਾਂ ਸਾਰੀ ਗ੍ਰਿਸ਼ਤੀ। ਅਤੇ ਜੇ ਧਰਮ ਪ੍ਰਵਾਨਗੀ ਦਿੰਦਾ ਹੈ ਤਾਂ ਹੀ ਉਹਨਾਂ ਨੇ ਇਹ ਰਸਤਾ ਚੁਣਿਆ। ਭਾਈ ਜੋਗਾ ਜੀ ਇਹ ਗੱਲ ਸੋਚਦੇ ਵੀ ਧਰਮ ਵੀ ਵਿਆਹ ਕਰਾਉਣ ਦੀ ਆਗਿਆ ਦਿੰਦਾ, ਅਤੇ ਮਾਂ ਬਾਪ ਵੀ ਹਾਮੀ ਭਰਦੇ ਪਏ, ਲੋਕ ਵੀ ਹਾਮੀ ਭਰਦੇ, ਧਾਰਮਿਕ ਗ੍ਰੰਥ ਵੀ ਇਹ ਗੱਲ ਕਹਿੰਦਾ, ਮੈਂ ਉਹ ਵਿਆਹ ਵਿੱਚੇ ਛੱਡ ਆਇਆ ਜਿਹਨੂੰ ਸਾਰੇ ਹੀ ਮੰਨਦੇ, ਆਹ ਮੈਂ ਕੁਕਰਮ ਕਰਕੇ ਅਤੇ ਲੋਕਾਂ ਕੋਲੋਂ ਲਾਹਣਤਾਂ ਲਵਾ ਲੈਣੀਆਂ ਅਤੇ ਆਪਣੇ ਦਾਗ ਲਵਾ ਲੈਣਾ ਆਪਣੇ ਜੀਵਨ ਦੇ। ਭਾਈ ਜੋਗਾ ਜੀ ਹੋਰ ਕਿਹੜੇ ਕਿਹੜੇ ਬਚਨ ਸੋਚਦੇ ਨੇ, ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿਵੇਂ ਜਾਣਗੇ, ਸਤਿਗੁਰੂ ਫਿਰ ਅੱਗੋਂ ਕਿਹੜੇ ਬਚਨ ਇਹਦੇ ਨਾਲ ਕਰਨਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ, ਲੇਖਾ ਕਤ ਹੈ ਨਾ ਛੁੱਟੀ ਹੈ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ।